ਜਸਟਿਸ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਪੰਜਾਬ ਦੇ ਵਿੱਚ ਡਰੱਗ ਰੈਕਟ, ਇਸ ਦਾ ਸਿਆਸੀ ਕਨੈਕਸ਼ਨ ਕੀ ਹੈ, ਇਸ ਦੇ ਪੁਲਿਸ ਨੈਕਸਸ ਕੀ ਹੈ, ਬਹੁਤ ਸਾਰੇ ਇਹੋ ਜਿਹੇ ਸਵਾਲ ਵਾਰ ਵਾਰ ਪੁੱਛੇ ਜਾਂਦੇ ਆ। ਪਰ ਹੁਣ ਇਹ ਸਵਾਲ ਪੰਜਾਬ ਵਿਧਾਨ ਸਭਾ ਵਿੱਚ ਇੱਕ ਵਾਰ ਫਿਰ ਪੁੱਛਿਆ ਗਿਆ। ਪਰ ਇਹ ਸਵਾਲ ਪੁੱਛਿਆ ਗਿਆ ਅੰਮ੍ਰਿਤਸਰ ਡਰੱਗ ਰੈਕਟ ਮਾਮਲੇ ਵਿੱਚ। ਜਦੋਂ ਸਵਾਲ ਪੁੱਛਿਆ ਗਿਆ ਉਦੋਂ ਫੋਟੋਆਂ ਲਹਿਰਾਈਆਂ ਗਈਆਂ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਕੁਲਬੀਰ ਸਿੰਘ ਜੀਰਾ, ਜਿਹੜੇ ਕਾਂਗਰਸ ਦੇ ਵਿਧਾਇਕ, ਇਹਨਾਂ ਨੇ ਫੋਟੋਆਂ ਲਹਿਰਾਈਆਂ ਅਤੇ ਆਮ ਆਦਮੀ ਪਾਰਟੀ ਨੇ ਸਪੋਰਟ ਕਰ ਦਿੱਤੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦਾ ਐਲਾਨ ਕਰ ਦਿੱਤਾ। ਪਰ ਇਹ ਜਾਂਚ ਦਾ ਵੱਖਰਾ ਬਿੰਦੂ ਕੀ ਹੋਵੇਗਾ, ਇਸ ਦੇ ਵਿੱਚ ਅਕਾਲੀ ਆਗੂਆਂ ਨਾਲ ਜਿਹੜੀਆਂ ਤਸਵੀਰਾਂ ਲਹਿਰਾਈਆਂ ਗਈਆਂ ਉਹਦੇ ਵਿੱਚ ਕੌਣ ਦੋਸ਼ੀ ਹੈ ਕੌਣ ਨਹੀਂ, ਇਹ ਸਵਾਲ ਆਪਣੇ ਆਪ ਵਿੱਚ ਵੱਡਾ। ਪਰ ਅਕਾਲੀ ਦਲ ਨੇ ਜਿਹੜਾ ਪਲਟਵਾਰ ਕੀਤਾ, ਉਹ ਪਲਟਵਾਰ ਇਹ ਕੀਤਾ ਕਿ ਕਾਂਗਰਸੀ ਵੀ ਇਸ ਨੈਕਸਸ ਦੇ ਵਿੱਚ ਸ਼ਾਮਲ ਹੈ। ਕਿਹੜੇ ਕਿਹੜੇ ਕਾਂਗਰਸੀ ਹੈ, ਕਿਹੜੇ ਕਿਹੜੇ ਅਕਾਲੀ ਹੈ, ਇਹ ਸਵਾਲ ਆਪਣੇ ਆਪ ਵਿੱਚ ਬਹੁਤ ਵਿਸ਼ਾਲ ਨੇ। ਪਰ ਇਹ ਜਾਂਚ ਕਿਹੜੀ ਹੋਵੇਗੀ, ਇਸ ਦਾ ਅੰਜਾਮ ਕੀ ਹੋਵੇਗਾ, ਪਰ ਇਹ ਸਭ ਦੇ ਵਿਚਾਲੇ ਸਵਾਲ ਇੱਕੋ ਬਾਕੀ ਰਹਿ ਜਾਂਦਾ ਜਿਸ ਸਵਾਲ 'ਤੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕਿ ਨਸ਼ੇ 'ਤੇ ਸਿਰਫ ਫੋਟੋ ਪੋਲਿਟਿਕਸ। ਬਹਿਸ ਕਿਉਂ ਕਰ ਰਹੇ, ਟੂ ਦਾ ਪੁਆਇੰਟ, ਤੁਹਾਨੂੰ ਪੁਆਇੰਟ ਟੂ ਪੁਆਇੰਟ ਫਟਾਫਟ ਦੱਸ ਦਈਏ। ਅੰਮ੍ਰਿਤਸਰ ਡਰੱਗ ਰੈਕਟ ਮਾਮਲੇ ਵਿੱਚ ਮੁੜ ਪੰਜਾਬ ਦੀ ਸਿਆਸਤ ਭਾਕੀ, ਅੰਮ੍ਰਿਤਸਰ ਤੋਂ ਅਨਵਰ ਮਸੀਹ ਦੀ ਗ੍ਰਿਫਤਾਰੀ ਦੀ ਪੰਜਾਬ ਵਿਧਾਨ ਸਭਾ ਵਿੱਚ ਗੂੰਜ ਸੁਣਾਈ ਦਿੱਤੀ ਹੈ। ਕੁਲਬੀਰ ਜੀਰਾ ਨੇ ਮਸੀਹ ਦੀਆਂ ਅਕਾਲੀ ਆਗੂਆਂ ਨਾਲ ਫੋਟੋਆਂ ਲਹਿਰਾ ਕੇ ਜਾਂਚ ਦੀ ਮੰਗ ਕੀਤੀ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਟਾਈਮ ਬਾਊਂਡ ਜਾਂਚ ਮੰਗ ਲਈ। ਮਜੀਠੀਆ ਨੂੰ ਵੀ ਉਹਨਾਂ ਨੇ ਘੇਰਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਮਾਮਲੇ ਜਾਂਚ ਦਾ ਐਲਾਨ ਕੀਤਾ। ਐਲਾਨ, ਇਹ ਸ਼ਬਦ ਬੜੇ ਧਿਆਨ ਨਾਲ ਸੁਣਿਓ ਤੁਸੀਂ। ਵਿਕਰਮ ਮਜੀਠੀਆ ਨੇ ਕਾਂਗਰਸੀ ਆਗੂ ਪ੍ਰਦੀਪ ਸ਼ਰਮਾ ਦੀਆਂ ਫੋਟੋਆਂ ਦਿਖਾ ਕੇ ਪਲਟਵਾਰ ਕੀਤਾ। ਅੰਮ੍ਰਿਤਸਰ ਦੇ ਸੁਲਤਾਨ ਪਿੰਡ ਵਿੱਚ 194 ਕਿਲੋ ਹੈਰੋਇਨ ਦੀ ਬਰਾਮਦਗੀ, ਅਤੇ ਇਹ ਪੂਰੀ ਸਿਆਸਤ ਭਖ ਰਹੀ ਹੈ। 194 ਕਿਲੋ, ਕਿਤੇ 197 ਵੀ ਦੱਸਿਆ ਜਾ ਰਿਹਾ, ਕਿਤੇ 188 ਵੀ ਦੱਸਿਆ ਜਾ ਰਿਹਾ। ਕੁਆਂਟਿਟੀ ਦਾ ਮਾਮਲਾ ਨਹੀਂ ਹੈਗਾ, ਮਾਮਲਾ ਤਾਂ ਇਹ ਹੈਗਾ ਕਿ ਕੌਣ ਹੈ ਇਸ ਦੇ ਪਿੱਛੇ। ਐਸਟੀਐਫ ਵੱਲੋਂ ਮਸੀਹ ਅਤੇ ਸ਼ਰਮਾ ਦੀ ਘੇਰਾਬੰਦੀ 'ਤੇ ਅਕਾਲੀ ਕਾਂਗਰਸੀ ਆਹਮੋ ਸਾਹਮਣੇ ਹੋ ਗਏ ਨੇ। ਸਿਆਸਤ ਕਹਿੰਦੀ ਕੀ ਹੈ, ਪਹਿਲਾਂ ਸੁਣ ਲਈਏ। ਜਿਹੜਾ ਇਨ ਇਨਵੈਸਟੀਗੇਸ਼ਨ ਹੈ, ਦਿਸ ਮੈਨ ਹੈਜ਼ ਬੀਨ ਅਰੈਸਟਿਡ। ਇਹਦੇ ਘਰ ਦੇ ਵਿੱਚ ਉਹ ਇੱਕ ਫੈਕਟਰੀ ਬਣਾਈ ਹੋਈ ਸੀ ਪਿਊਰੀਫਿਕੇਸ਼ਨ ਆਫ ਹੈਰੋਇਨ ਦੀ, ਐਂਡ ਦੈਟ ਹੁਣ ਇੱਥੇ ਇਹ ਜਿਹੜੇ ਪਿਕਚਰਸ ਐਂਡ ਦਿਸ ਮੈਨ, ਔਰ ਆਈ ਵਿਲ ਹੈਂਡ ਇਟ ਓਵਰ ਟੂ ਦੀ ਐਸਟੀਐਫ ਟੂ ਫਰਦਰ ਇਨਵੈਸਟੀਗੇਟ। ਤੁਸੀਂ ਸੀਐਮ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਲੀਡਰ ਇਹਦੇ ਨਾਲ ਖੜੇ ਨੇ ਉਹਨਾਂ ਦੀ ਐਸਟੀਐਫ ਪੂਰੀ ਪ੍ਰੋਪਰ ਜਾਂਚ ਕਰੇਗੀ, ਔਰ ਉਹਨਾਂ ਨੂੰ ਵੀ ਵੇਖਿਆ ਜਾਏਗਾ ਕਿ ਇਹਨਾਂ ਦੀ ਇਹਦੇ 'ਚ ਕਿੰਨੀ ਕੁ ਇਨਵੋਲਵਮੈਂਟ ਹੈ। ਇਹ ਤਾਂ ਤੁਸੀਂ ਫੋਟੋਗ੍ਰਾਫਸ ਤੁਸੀਂ ਵੇਖੇ ਹੋਣੇ, ਮੈਨੂੰ ਤਾਂ ਇੱਕ ਜਿਹੜੀ ਉਹਨਾਂ ਨੇ ਦਿਖਾਈ ਆ ਉੱਥੇ ਤੁਹਾਡੇ ਸਾਹਮਣੇ, ਜਦੋਂ ਜਾਂ ਬਾਹਰ ਸੀਐਮ ਸਾਹਿਬ ਨੇ ਫੋਟੋਆਂ ਦਿਖਾਈਆਂ ਨੇ, ਉਹਦੇ 'ਚ ਵਿਕਰਮ ਮਜੀਠੀਆ ਅਤੇ ਹੋਰ ਲੀਡਰ ਜਿਹੜੇ ਅਕਾਲੀ ਦਲ ਦੇ, ਪ੍ਰਕਾਸ਼ ਸਿੰਘ ਬਾਦਲ ਆ, ਸੁਖਵੀਰ ਬਾਦਲ ਆ, ਬੀਬਾ ਬਾਦਲ ਆ, ਇਹਨਾਂ ਸਾਰਿਆਂ ਦੇ ਉਹਦੇ ਨਾਲ ਫੋਟੋ। ਮਨਵਰ ਮਸੀਹ ਦੀ ਜਿਹੜੀ ਜਾਰੀ ਆ, ਸਾਰੇ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਕਿ ਉਹਦੀ ਜਾਰੀ ਵਿਕਰਮ ਮਜੀਠੀਆ ਦੇ ਨਾਲ ਆ। ਇਹ ਗੱਲ ਅੱਜ ਕੁਲਬੀਰ ਜੀਰਾ ਨੇ, ਕਾਂਗਰਸ ਪਾਰਟੀ ਦੇ MLA ਸਾਹਿਬਾਨ ਨੇ ਵੀ ਕਹੀ ਔਰ ਸਾਡੇ ਵੱਲੋਂ ਵੀ ਕਹੀ ਗਈ, ਔਰ ਇਸ ਦੇ ਉੱਤੇ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਕਿ ਜਾਂਚ ਜਿਹੜੀ ਆ ਸਹੀ ਢੰਗ ਨਾਲ ਹੋਊਗੀ। ਪਰ ਮੈਨੂੰ, ਅਸੀਂ ਵਾਰ ਵਾਰ ਇਹੀ ਮੰਗ ਕਰਦੇ ਰਹਾਂ ਕਿ ਜਿਹੜੀ ਜਾਂਚ ਆ ਉਹ ਸਮਾਂਬੱਧ ਹੋਣੀ ਚਾਹੀਦੀ ਆ, ਕਿਉਂਕਿ ਬੜੀਆਂ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੇ ਫੰਕਸ਼ਨਾਂ ਦੇ ਵਿੱਚ ਵਿਕਰਮ ਮਜੀਠੀਆ ਅਤੇ ਮਨਵਰ ਮਸੀਹ ਅਤੇ ਜਿਹੜਾ ਉਹ MC ਆ ਇਕੱਠੇ ਦਿਖਾਈ ਦੇ ਰਹੇ ਨੇ। 19 ਦੀਆਂ ਆ ਇਹਨਾਂ ਨੇ ਮਨਾਇਆ, ਕੈਪਟਨ ਸਾਹਿਬ ਦੀ ਫੋਟੋ, ਜਾਖੜ ਸਾਹਿਬ ਦੀ ਫੋਟੋ, ਔਜਲੇ ਦੀ ਫੋਟੋ, ਸਿੱਧੂ ਦੀ ਫੋਟੋ, ਸੋਨੀ ਦੀ ਫੋਟੋ, ਵੇਰਕੇ ਦੀ ਫੋਟੋ, ਬਲਾਰੀਏ ਦੀ ਫੋਟੋ, ਆ ਆਪਣੇ ਦੀ ਦੱਤੀ ਦੀ ਫੋਟੋ, ਰਿੰਟੂ ਮੇਅਰ ਦੀ ਫੋਟੋ, ਕੋਈ ਫੋਟੋ ਛੱਡੀ ਕੋਈ ਨਹੀਂ। ਆਹ ਬੋਰਡ ਲਵਾਏ ਕਿਉਂਕਿ 17 ਦੀ ਇਲੈਕਸ਼ਨ, 18 ਦੀ ਸਭ ਤੋਂ ਵੱਡੀ ਗੱਲ ਨੋਟ ਕਰਿਓ, ਇਹ ਲੀਡਰ ਨੇ ਕ੍ਰਿਸਚਨ ਦਲਿਤ ਫਰੰਟ ਦੇ। ਕ੍ਰਿਸਚਨ ਦਲਿਤ ਫਰੰਟ ਦਾ ਪ੍ਰਧਾਨ ਕੌਣ? ਬਾਊ ਮਨਵਰ ਮਸੀਹ। ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਸਵਾਲ ਇਹ ਪੁੱਛਿਆ ਜਾਵੇਗਾ ਕਿ ਨਸ਼ੇ ਨਾਲ ਜੁੜਦੇ ਸਿਆਸੀ ਕਨੈਕਸ਼ਨ ਦੀ ਜਾਂਚ ਵਿੱਚ ਵੱਡੇ ਮਗਰਮੱਛ ਫਸਣਗੇ। ਸਵਾਲ ਬੜਾ ਇੰਪੋਰਟੈਂਟ ਹੈ, ਸਵਾਲ ਨੂੰ ਚੰਗੀ ਤਰ੍ਹਾਂ ਸੁਣਿਆ ਕਰੋ। ਦੁਬਾਰਾ ਦੱਸ ਰਹੇ ਕਿ ਨਸ਼ੇ ਨਾਲ ਜੁੜਦੇ ਸਿਆਸੀ ਕਨੈਕਸ਼ਨ ਦੀ ਜਾਂਚ ਵਿੱਚ ਵੱਡੇ ਮਗਰਮੱਛ ਫਸਣਗੇ ਜਾਂ ਸਿਰਫ ਫੋਟੋ ਪੋਲਿਟਿਕਸ ਤੱਕ ਸੀਮਤ ਰਹਿ ਜਾਵੇਗਾ ਸਾਰਾ ਕੁਝ, ਕਿਉਂਕਿ ਫੋਟੋ ਪੋਲਿਟਿਕਸ ਪਹਿਲੀ ਵਾਰ ਨਹੀਂ ਹੋ ਰਹੀ, ਇਸ ਤੋਂ ਪਹਿਲਾਂ ਵੀ ਫੋਟੋ ਪੋਲਿਟਿਕਸ ਹੁੰਦੀ ਰਹੀ ਅਤੇ ਹੁਣ ਵੀ ਹੋ ਰਹੀ ਹੈ। ਮੈਂ ਨਾ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰਫ ਕਰਾ ਰਿਹਾ ਅਤੇ ਫਿਰ ਅਸੀਂ ਇਹ ਡਿਬੇਟ ਅੱਗੇ ਵਧਾਵਾਂਗੇ। AS ਪ੍ਰਾਸ਼ਰ ਸਾਹਿਬ ਸੀਨੀਅਰ ਜਰਨਲਿਸਟ ਨੇ, ਬਹੁਤ ਲੰਬਾ ਤਜਰਬਾ ਇਹਨਾਂ ਦਾ, ਅਤੇ ਸਦਨ ਵਿੱਚ ਉਦੋਂ ਮੌਜੂਦ ਸੀ ਜਦੋਂ ਇਹ ਸਾਰੀ ਕਾਰਵਾਈ ਹੋਈ, ਜਦੋਂ CM ਨੇ ਜਾਂਚ ਦਾ ਐਲਾਨ ਕੀਤਾ। ਇਹਨਾਂ ਨੇ ਸਭ ਕੁਝ ਉੱਥੇ ਦੇਖਿਆ ਹੈਗਾ, ਪਰ ਸਭ ਕੁਝ ਦੇਖਣ ਤੋਂ ਬਾਅਦ ਇਹਨਾਂ ਨੂੰ ਫੋਟੋਆਂ ਵਿੱਚੋਂ ਕੀ ਸਮਝ ਆਉਂਦਾ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪ੍ਰਾਸ਼ਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਪਹਿਲਾ ਗਰਗ, ਇਹ ਐਕਟੀਵਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ, ਸਾਬਕਾ ਰਜਿਸਟਰਾਰ ਨੇ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ 'ਤੇ, ਅਤੇ
ਡਰੱਗ ਦੇ ਖਿਲਾਫ ਅਕਸਰ ਇਹ ਲੜਦੇ ਰਹਿੰਦੇ ਆ ਅਤੇ ਇਹਨਾਂ ਨੂੰ ਜਿਹੜੇ ਕੋਰਟ ਵਿੱਚ ਕੇਸ ਚੱਲਦੇ ਆ ਉਹਨਾਂ ਬਾਰੇ ਵੀ ਚੰਗੀ ਤਰ੍ਹਾਂ ਪਤਾ ਹੈਗਾ ਅਤੇ ਇਸ ਫੋਟੋ ਪੋਲਿਟਿਕਸ ਬਾਰੇ ਵੀ ਚੰਗੀ ਤਰ੍ਹਾਂ ਪਤਾ, ਇਸ ਕਰਕੇ ਡਾਕਟਰ ਗਰਗ ਨੂੰ ਸੱਦਿਆ। ਡਾਕਟਰ ਗਰਗ, ਤੁਹਾਡਾ ਬਹੁਤ ਸਵਾਗਤ ਹੈ। ਗੁਰਮਨੀ ਸਿੰਘ ਮਾਂਗੜ ਕਾਂਗਰਸ ਦੇ ਬੁਲਾਰੇ ਆ, ਇਹਨਾਂ ਨੂੰ ਇਸ ਕਰਕੇ ਸੱਦਿਆ ਕਿ ਕਾਂਗਰਸ ਜਦੋਂ ਇਹਨਾਂ ਨੇ ਸੱਤਾ ਵਿੱਚ ਆਉਣਾ ਸੀ ਵਾਰ ਵਾਰ ਕਹਿੰਦੀ ਸੀ ਕਿ ਅਸੀਂ ਸਾਰੇ ਮਾਮਲੇ ਦੀ ਜਾਂਚ ਕਰਾਵਾਂਗੇ, ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਪਤਾ ਨਹੀਂ ਕੀ ਕੁਛ ਕਿਹਾ ਸੀਗਾ, ਉਹੀ ਪੁੱਛਣਾ ਵੀ ਕੀ ਕੁਛ ਕਿਹਾ ਸੀਗਾ ਅਤੇ ਕਰ ਕੀ ਰਹੇ ਹੈਗੇ, ਇਸ ਕਰਕੇ ਮਾਂਗੜ ਸਾਹਿਬ ਨੂੰ ਸੱਦਿਆ। ਮਾਂਗੜ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਅਰਜੀਤ ਸਿੰਘ ਕਲੇਰ, ਇਹ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਆ, ਨਾਲੇ ਵਕੀਲ ਵੀ, ਇਹਨਾਂ ਨੂੰ ਕੋਰਟ ਕੇਸਾਂ ਬਾਰੇ ਵੀ ਜਾਣਕਾਰੀ ਹੈਗੀ ਆ, ਪਰ ਅਕਾਲੀ ਦਲ ਦੇ ਆਗੂਆਂ ਦਾ ਨਾਮ ਵਾਰ ਵਾਰ ਕਿਉਂ ਗੂੰਜਦਾ, ਇਸ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਜੇ ਨਾਮ ਗੂੰਜਦਾ, ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਜਿਹੜੇ ਵਿਰੋਧੀ ਧਿਰਾਂ ਹੈਗੀਆਂ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਪੰਜਾਬ ਨੂੰ ਬਦਨਾਮ ਕਰਨ ਦੇ ਨਾਲ ਕਿ ਜਾਂਚ ਵਿੱਚ ਇਹਨਾਂ ਵੱਲੋਂ ਕੋਈ ਸਹਿਯੋਗ ਦਿੱਤਾ ਗਿਆ ਜਾਂ ਜਾਂਚ ਵਿੱਚ ਇਹਨਾਂ ਨੇ ਕੁਝ ਕਦਮ ਅੱਗੇ ਵਧਾਏ ਜਾਂ ਹੁਣ ਜਿਹੜਾ ਮਾਮਲਾ ਆ ਰਿਹਾ ਉਸ ਮਾਮਲੇ ਵਿੱਚ ਇਹ ਕਿੰਨਾ ਸਹਿਯੋਗ ਦੇ ਰਹੇ, ਇਸ ਕਰਕੇ ਸਾਨੂੰ ਸੱਦਿਆ। ਕਲੇਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਕਲੇਰ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਗਾ। ਕਲੇਰ ਸਾਹਿਬ, ਤੁਹਾਡੇ 'ਤੇ ਉਂਗਲ ਕਿਉਂ ਉੱਠਦੀ ਵਾਰ ਵਾਰ? ਮੈਂ ਕੇ ਪੀ ਜੀ, ਫਿਰ ਉਹੀ ਗੱਲ ਹੈਗੀ ਹੈ ਕਿ ਜਿਹੜੇ ਉਂਗਲ ਉਠਾਉਣ ਵਾਲੇ ਹੈ, ਪਹਿਲਾਂ ਵੀ ਜਿੱਦਾਂ ਹੋਇਆ ਪੰਜਾਬ ਦੇ ਵਿੱਚ ਕਿ ਉਂਗਲਾਂ ਬਹੁਤ ਉਠਾਈਆਂ, ਬਾਅਦ 'ਚ ਲਿਖਤੀ ਮਾਫੀਆਂ ਵੀ ਮੰਗੀਆਂ ਔਰ ਕੂੜ ਪ੍ਰਚਾਰ ਬਹੁਤ ਕੀਤਾ ਗਿਆ। ਅਸ ਤਾਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਹਾਂ ਕਿ ਅਗਰ ਇਕੱਲਾ ਪ੍ਰਚਾਰ ਨਾ ਕਰੋ, ਉਂਗਲ ਨਾ ਚੱਕੋ, ਤੱਥਾਂ ਦੇ ਆਧਾਰ ਤੇ ਕਾਰਵਾਈ ਕਰੋ। ਕਲੇਸ ਸਾਹਿਬ, ਪਹਿਲਾਂ ਕਰੈਕਟ ਕਰ ਲਈਏ, ਉਹਨਾਂ ਦੀ ਮਾਫੀ ਨਾਲ ਤੁਹਾਡੇ ਕੇਸ ਦਾ ਤਾਂ ਕੋਈ ਸੰਬੰਧ ਹੈ ਨਹੀਂ ਨਾ? ਉਹਨਾਂ ਦੀ ਮਾਫੀ ਨਾਲ ਤੁਹਾਡੇ ਕੇਸ ਦਾ ਕੋਈ ਸੰਬੰਧ ਨਹੀਂ, ਉਹਨਾਂ ਦੀ ਮਾਫੀ ਨਾਲ ਤੁਸੀਂ ਬਰੀ ਨਹੀਂ ਹੋ ਜਾਂਦੇ, ਉਹਨਾਂ ਦੀ ਮਾਫੀ ਨਾਲ ਤੁਸੀਂ ਫਸ ਨਹੀਂ ਜਾਓਗੇ, ਉਹਨਾਂ ਨੂੰ ਛੱਡ ਦਿਓ ਤੁਸੀਂ, ਇਸ ਕਰਕੇ ਮੈਂ ਉਹਨਾਂ ਨੂੰ ਸੱਦਿਆ ਨਹੀਂ। ਮਾਫੀ, ਮਾਫੀ ਨਾਲ ਨਾ ਕਿਸੇ ਨੇ ਬਚਣਾ, ਨਾ ਕਿਸੇ ਨੇ ਵੱਡਾ ਹੋਣਾ, ਨਾ ਛੋਟਾ ਹੋਣਾ। ਗੱਲ ਇਹ ਹੈਗੀ ਹੈ ਕਿ ਪ੍ਰਚਾਰ ਉਸ ਤਰੀਕੇ ਦਾ ਕਰਨਾ, ਬਾਅਦ ਚੋਂ ਤੱਥਹੀਨ ਪ੍ਰਚਾਰ ਕਰਨਾ ਔਰ ਬਾਅਦ ਦੇ ਵਿੱਚ ਉਹ ਝੂਠ ਲੋਕਾਂ ਦੇ ਵਿੱਚ ਨੰਗਾ ਹੋਣਾ, ਉਸ ਤੋਂ ਬਾਅਦ ਫਿਰ ਖੜੇ ਹੋ ਕੇ ਕਹਿਣਾ ਕਿ ਜੀ ਨਹੀਂ ਸਾਡੇ ਤੋਂ ਗਲਤੀ ਹੋ ਗਈ, ਮਾਫ਼ ਕਰ ਦਿਓ, ਐਸੀ ਕੋਈ ਗੱਲ ਨਹੀਂ ਸੀ। ਮੈਂ ਫਿਰ ਦੁਬਾਰਾ ਕਹਿਣਾ ਕਿ ਹੁਣ ਸਰਕਾਰ ਕਾਂਗਰਸ ਦੀ ਹੈ 3 ਸਾਲ ਤੋਂ, ਸੋ ਫਿਰ ਪ੍ਰਚਾਰ ਨਾ ਕੀਤਾ ਜਾਵੇ, ਸਰਕਾਰ ਇਹਨਾਂ ਦੀ STF ਇਹਨਾਂ ਦੀ ਅਗਰ ਕੋਈ ਇਨਵੋਲਵਡ ਹੈਗਾ ਤਾਂ ਫੜ ਕੇ ਅੰਦਰ ਦਿਓ। ਠੀਕ ਠੀਕ ਹੈ, ਤੁਸੀਂ ਬਿਕਰਮ ਮਜੀਠੀਆ ਨੂੰ ਪਾਸੇ ਰੱਖ ਕੇ ਅਨਵਰ ਮਸੀਹ ਦੀ ਅਨਵਰ ਮਸੀਹ ਦੀ ਜ਼ਿੰਮੇਵਾਰੀ ਲੈ ਰਹੀ ਹੈ ਪਾਰਟੀ ਜਾਂ ਨਹੀਂ? ਮੈਂ ਕੇ ਪੀ ਜੀ ਇਹ ਗੱਲ ਕਲੀਅਰ ਕਰ ਦਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਡਰੱਗ ਦੇ ਇਸ਼ੂ 'ਤੇ 0 ਟੋਲਰੈਂਸ ਹੈ। ਸੋ ਅਗਰ ਕਿਸੇ ਲੈਵਲ 'ਤੇ ਕਿਸੇ ਬੰਦੇ ਦੀ ਕੋਈ ਇਨਵੋਲਵਮੈਂਟ ਹੈਗੀ ਹੈ, ਸੋ ਇਹਦੇ ਨਾਲ ਉਹ ਫਰਕ ਨਹੀਂ ਪੈਂਦਾ ਕਿ ਉਹ ਕਿਹੜੀ ਪਾਰਟੀ ਦਾ ਜਾਂ ਉਹ ਕੀ ਅਹੁਦੇਦਾਰ ਹੈ। ਅਗਰ ਉਹਨੇ ਗਲਤ ਕੀਤਾ ਤਾਂ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ। ਤੁਸੀਂ ਅਨਵਰ ਮਸੀਹ 'ਤੇ ਪਾਰਟੀ ਵੱਲੋਂ ਕਾਰਵਾਈ ਕਰ ਰਹੇ ਹੋ ਕੋਈ? ਅਨਵਰ ਮਸੀਹ 'ਤੇ ਪਾਰਟੀ ਵੱਲੋਂ ਉਹਨੂੰ ਉਸੇ ਦਿਨ ਹੀ ਜਿੱਦਣ ਉਹ ਜਿੱਦਣ ਉਹਦਾ ਇਹਦੇ 'ਚ ਨਾਮ ਆਇਆ ਸੀ, ਔਰ ਮੈਂ ਫਿਰ ਦੁਬਾਰਾ ਕਲੀਅਰ ਕਰ ਦਿਆਂ, ਮੈਂ ਤੁਹਾਨੂੰ ਕੇ ਪੀ ਜੀ ਗੱਲ ਅੱਜ ਵੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਲੀਅਰ ਕਰ ਦਿੰਦਾ ਕਿ ਉਹ ਕ੍ਰਿਸਚਨ ਫਰੰਟ ਦੇ ਲੀਡਰ ਹੈ ਔਰ ਮਿਨੋਰਟੀ ਕੋਟੇ ਦੇ ਵਿੱਚ ਉਹਨਾਂ ਨੂੰ SS ਬੋਰਡ ਦਾ ਮੈਂਬਰ ਲਾਇਆ ਗਿਆ ਸੀਗਾ। ਸੋ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਿੱਧਾ ਨਾ ਤਾਂ ਉਹਨਾਂ ਦੀ ਕੋਈ ਮੈਂਬਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਨਾ ਉਹ ਸਿੱਧੇ ਤੌਰ 'ਤੇ ਕੋਈ ਲਿੰਕ ਨੇ, ਉਹਨਾਂ ਦਾ ਆਪਣਾ ਇੱਕ ਕ੍ਰਿਸਚਨ ਫਰੰਟ ਹੈਗਾ, ਉਹਦੇ ਲੀਡਰ ਨੇ ਉਹ। ਅਕਾਲੀ ਆਗੂ ਹੈ ਨੇ ਉਹ ਜਾਂ ਨਹੀਂ? ਉਹ ਅਕਾਲੀ ਦਲ ਦੇ ਸਰਕਲ ਦੇ ਵਿੱਚ ਵਿਚਰਦੇ ਨੇ, ਕਿਉਂਕਿ ਅਕਾਲੀ ਦਲ ਨੇ ਉਹਨਾਂ ਨੂੰ ਮਿਨੋਰਟੀ ਕੋਟੇ ਵਿੱਚੋਂ SS ਬੋਰਡ ਦਾ ਮੈਂਬਰ ਲਾਇਆ ਸੀ। ਸੋ ਉੱਥੇ ਲੋਕਲ ਲੀਡਰਸ਼ਿਪ ਹੈ, ਕਿਸੇ ਦੇ ਨਾਲ ਫੋਟੋ ਖਿਚਾ ਲੈਣੀ ਖੜ ਕੇ ਉੱਥੇ ਉਸ ਸਰਕਲ ਦੇ ਵਿੱਚ ਪਾਰਟੀ ਪ੍ਰੈਸ ਲਈ ਵਿੱਚ ਅਕਾਲੀ ਲੀਡਰ ਲਿਖਿਆ ਉਹਨਾਂ ਨੂੰ। ਮੈਂ ਫਿਰ ਦੁਬਾਰਾ ਕਲੀਅਰ ਕਰ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਪਾਰਟੀ ਕਾਰਵਾਈ ਕਰ ਰਹੀ ਹੈ ਕੋਈ ਨਹੀਂ ਕਰ ਰਹੀ, ਸਿੱਧਾ ਸਵਾਲ ਹੈ। ਪਾਰਟੀ ਬਿਲਕੁਲ ਕਾਰਵਾਈ ਕਰੇਗੀ, ਐਸੇ ਲੋਕਾਂ ਨੂੰ ਪਾਰਟੀ ਦੇ ਵਿੱਚ ਬਿਲਕੁਲ ਕੋਈ ਜਗ੍ਹਾ ਨਹੀਂ ਐਸੇ ਲੋਕਾਂ ਦੀ। ਠੀਕ ਹੈ, ਗੁਰਮਨੀਤ ਮਾਂਗੜ, ਤੁਹਾਡੇ ਤੇ ਇਲਜ਼ਾਮ ਬੜਾ ਸਿੱਧਾ ਸਿੱਧਾ ਹੈਗਾ ਕਿ ਤੁਸੀਂ ਸਿਰਫ ਫੋਟੋਆਂ ਦਿਖਾ ਦਿਖਾ ਕੇ ਫੋਟੋਆਂ ਦੇ ਸਹਾਰੇ ਤੁਸੀਂ ਸਿਆਸਤ ਕੀਤੀ, ਹੁਣ ਵੀ ਫੋਟੋਆਂ ਦਿਖਾ ਕੇ ਤੁਸੀਂ ਸਿਰਫ ਪੋਲਿਟਿਕਸ ਕਰ ਰਹੇ ਹੋ, ਕੱਢਣਾ ਪਾਉਣਾ ਤੁਸੀਂ ਕੁਛ ਨਹੀਂ ਇਸ ਮੁੱਦੇ 'ਚੋਂ। ਕੇ ਪੀ ਜੀ, ਪਹਿਲੀ ਗੱਲ ਤਾਂ STF ਨੇ ਉਹ ਕੰਸਾਈਨਮੈਂਟ ਫੜੀ ਹੈ, ਉਹ ਬੰਦੇ ਫੜੇ ਹੈ, ਉਹ ਫੋਟੋ ਨਹੀਂ ਸੀ, ਉਹ ਇੱਕ ਗਰਾਊਂਡ ਦੀ ਐਕਟੀਵਿਟੀ ਸੀ। ਔਰ ਨੋਟ ਓਨਲੀ ਦੈਟ, ਬਹੁਤ ਜ਼ਿਆਦਾ ਸਰ ਮੈਂ ਉਹ ਫੋਟੋਆਂ ਦੀ ਗੱਲ ਕਰ ਰਿਹਾ ਜਿਹੜੀਆਂ ਫੋਟੋਆਂ ਉੱਥੇ ਲਹਿਰਾਈਆਂ ਗਈਆਂ, ਮੈਂ ਉਹਨਾਂ ਫੋਟੋਆਂ ਦੀ ਗੱਲ ਕਰ ਰਿਹਾ, ਉਹ ਕਾਰਵਾਈ ਹੋਈ, ਉਸ 'ਤੇ ਸਵਾਲ ਨਹੀਂ ਹੈ, ਤੁਸੀਂ ਰਲ ਗੱਢ ਨਾ ਕਰੋ ਦੋਨੋਂ ਚੀਜ਼ਾਂ ਨੂੰ। ਨਹੀਂ, ਰਲ ਗੱਢ ਕੀ ਜੀ, ਮੈਂ ਤਾਂ ਸਿਰਫ ਇੱਕ ਸਵਾਲ ਕਰ ਰਿਹਾ, ਫੋਟੋ ਪੋਲਿਟਿਕਸ ਤੁਸੀਂ ਬਹੁਤ ਕੀਤੀ ਹੈ। ਕੇ ਪੀ ਜੀ, ਉਹਦੇ ਲਈ ਮਾਨਯ ਮੁੱਖ ਮੰਤਰੀ ਸਾਹਿਬ ਨੇ ਇਨਕੁਆਇਰੀ ਇਨਵੈਸਟੀਗੇਸ਼ਨ ਓਪਨ ਕਰਤੀ ਹੈ ਜੀ। ਸੋ ਅਨਲੈਸ, ਦੇਖੋ ਜਿਹੜਾ ਬੰਦਾ ਹੈਗਾ ਉਹਨੂੰ ਅਰੈਸਟ ਕੀਤਾ ਗਿਆ ਆ, ਹੁਣ ਉੱਥੇ ਤੁਹਾਡੇ ਚੈਨਲ 'ਤੇ ਮਜੀਠੀਆ ਸਾਹਿਬ ਦੀ ਵੀ ਮੈਂ ਬਾਈਟ ਸੁਣਦਾ ਸੀਗਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੋਈ ਕਾਂਗਰਸ ਦਾ ਵੀ ਬੰਦਾ ਸੀ। ਸੋ ਨੋਟ ਓਨਲੀ, ਟਰੱਸਟ ਮੀ, ਨੋਟ ਓਨਲੀ ਹਿਸ ਲਿੰਕਸ ਵਿਦ ਅਕਾਲੀ ਦਲ, ਪਰ ਜੇ ਸਾਡੀ ਵੀ ਪਾਰਟੀ ਦਾ ਕੋਈ ਬੰਦਾ ਹੋਇਆ ਤਾਂ ਉਹਨੂੰ ਛੱਡਿਆ ਨਹੀਂ। STF ਨੇ ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ, ਉਹਨਾਂ ਦੇ ਮੁੰਡੇ ਸਾਹਿਲ ਸ਼ਰਮਾ, ਉਹਨਾਂ ਨੂੰ ਬੁਲਾਇਆ ਹੈਗਾ। ਬਿਲਕੁਲ ਪਤਾ ਤੁਹਾਨੂੰ ਇਸ ਬਾਰੇ? ਬਿਲਕੁਲ, ਅਸੀਂ ਡਿਨਾਈ ਨਹੀਂ ਕਰਦੇ ਜੀ, ਮੈਂ ਤੁਹਾਡੇ ਚੈਨਲ 'ਤੇ ਪਹਿਲਾਂ ਵੀ ਆਖਿਆ ਸੀ, ਅੱਜ ਮੈਂ ਫਿਰ ਆਖਦਾ ਹਾਂ ਵੀ ਡਰੱਗਸ ਦੇ ਲਈ 0 ਟੋਲਰੈਂਸ ਹੈ, ਭਾਵੇਂ ਉਹ ਸਾਡੇ ਕਿਸੇ ਕੈਬਨਿਟ ਮੰਤਰੀ ਦੇ ਦਰਵਾਜ਼ੇ ਜਾਵੇ, ਭਾਵੇਂ ਜਿਹਦੇ ਮਰਜ਼ੀ ਜਾਵੇ, ਨੋਬਡੀ ਵੁੱਡ ਬੀ ਸਪੇਅਰਡ।
मैं फोटो पॉलिटिक्स पहली बार नहीं देखी ना तुसी पहली बार देखी है। हुण अगे कुछ होण जा रहा जो सिर्फ टीवी डिबेट करांगे फोटो दिखावांगे आपां घरे चले जावांगे। केवी जी गल है कि आपां पिछले 5 सालों तो यही देख रहे हैं कि पंजाब दे विच जिहड़े ड्रग दा इशू है यह बड़ा भारी इशू है। सैकड़ा नहीं हज़ारा फैमिलियां बर्बाद हो गई और मेरे ख्याल है कई इलाके तो यहोजे है जिते शायद कोई यहोजा परिवार हो जिहड़ा इस तो अछूता रहा हो या इस तो बचा हो। तो इस करके बड़ा ही इमोशनल तो इमोटिव इशू है। पंजाब सरकार चाहे कोई अकालिया दे होवे चाहे कांग्रेसी होए उन्होंने लिए प्रायोरिटी रही है कि इस मसले दे किसी ना किसी तरह काबू पाया जाए किसी तरह नथ पाई जाए। लेकिन अनफॉर्चुनेटली एफर्ट घट तो सियासत ज़्यादा खेली जा रही है और मैं समझना कि अज का जोड़ा फोटो पॉलिटिक्स शुरू होया यह भी उसी जी इस अनफॉर्चुनेट सियासत शुरू हो रही है। अज एक MLA साहब ने उठ के खास तौर पर लीडर ऑफ द ऑपोजिशन चीमा साहब ने इशू रेज किया कि यह जोड़ा ये अनवर मसीह जोड़ा यदा अकालिया तलक है और उन्होंने यह भी एलीगेशन लगाया कि इन्हों का बिक्रम सिंह मजीठिया जोड़े अकाली बड़े प्रोमिनेंट आगू है उन्होंने तलक रहा। उसते CM साहब ने उठ के मंग कर ली मंग बन ली कि हाँ असं यदि थोर इंक्वायरी करा और मैं समझदा हाँ कि एक अकाली दल अकालिया लिए खास तौर पर अच्छी खबर नहीं है क्योंकि पंजाब सरकार पहले ही हाथ तोड़ के अकालिया ने मगर किसी ना किसी इशू तरह मैं थोड़ा थोड़ा होर समझा दो। STF ने सारी कंसाइनमेंट फड़ दी है STF सारा खुलासा करती है हूँ STF अगे CM के हुक्मों की जरूरत है अगे इन्वेस्टिगेशन करने के लिए जा STF जी पहला जांच कर रही थी उस जांच को अगे बधाऊगी तो फोटो कनैक्शन भी ना जुड़ेगा उही इन्वेस्टिगेशन क्योंकि आफ्टर ऑल इन्वेस्टिगेशन जी है बड़ी एडवांस स्टेज तक पहुंची सी कंक्लूजन होया सी उसी जी इंक्वायरी है उन्होंने अगे लैके जाएगा और भी जो 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 नवे नवे खुलासे होंगे जा रहे हैं नवी नवी रेगुलेशन हो रही हैं वो भी चैट हो गए फोटो ना कुछ निकल जूगा प्रोफेसर साहब फोटो नाल देखो है गल सुनो वो SS बोर्ड का मैंबर रहा कोई बंदा उत्थे कौंसलर है वार्ड का कौंसलर है सवाल यह है कि उन्होंने सारे ना फोटो आनगियां इस फोटोआं दे पिछे किवें जाया जाऊगा किहड़े नैगेटिव है जिहड़े हजे तक धोते नहीं गए जां पब्लिश नहीं होए नहीं ये देखो सिर्फ फोटो नहीं है फोटो है कि यह जी ड्रग की रिकवरी जगह तो हुई है उसका मालिक उस मकान मालिक जो अनवर मसीह से अनवर मसीह कौन है वह अकालिया नाल लिंक है गया यदि प्रूफ तो उसकी प्राइमा फेसी बनती है कि भी दोस्त दस तेरा कितने है वह कहना मैं किराए से दिता है किराएनामा उन्होंने जब कहने कि किराएनामा पेश करो कहते किराएनामा तो कोई है नहीं सो ये नाल जिहड़े है ना कम से कम डाउट आम जनता दे माइंड दे विच प्रोफेसर साहब किराएनामा नहीं हैगा उस तो बाद सवाल ये भी हैगा जिहड़ा किराया लिता जा रहा सी वो किहड़े नंबर च लिता जा रहा सीगा क्योंकि तो मेरा सवाल वड्डे मगर मच्छा वाला स्पीकिंग मेरा तो मैं पता नहीं कोई कहे भी शायद इन्ना वो करनी है मैंने नशे मामले ना कांग्रेस ना अकाली कोई सीरीयस नहीं लगते ये जिहड़ा दिखावा करते हैं क्योंकि इन्होंने आपदे बंदे ने पुलिस रड़ी हुई है 8-10 अफसर तक वो लुधियाने फड़े गए पहला सुरविंदर सिंह फड़े गया तो पता ही है नशे के वास्ते गया हालांकि वह टैरिस्ट भी लिंक से अतवादियों बाहर भी सके पाकिस्तानी एजेंटा भी उन्होंने भी जो कुछ होया अपन पता ही है। सो ये की है CM साहब का कहना जी कोई नहीं बख्शा जाएगा CM साहब ने कितनी देर दी रौला पैंदा सी नशियां दे उत्ते उदों दा की करे 3 साल च हुण तां कुछ कर लैंदे फिर दूजी गल उहनूं तां अनवर मसीह नूं तां पहले ही पुछ रही है पुलिस बुला के ऑलरेडी पुछ रही है उहदा ऑलरेडी रिमांड लै चुके ते हुण CM साहब की कहिंदे ने किहड़ी गल कहिंदे किहड़ी इनक्वायरी असीं DSP नूं मार करती मैनूं तां इस गल दे उत्ते समझ नहीं आउंदी असैंबली दे विच CM कहे वी मां इनक्वायरी उह कहे वी इनक्वायरी चल रही है इहदा मतलब CM इज़ नॉट वैल इनफॉर्मड ईवन अबाउट दिस अखबारों आ गया कि जी वह 2 दिन का पुलिस रिमांड CM साहब ने गल कही है कि गिरफ्तार किया हो नहीं मैं एक बंदा नहीं उत्ते स्पेसिफिक क्वेश्चन आ रहा है अनवर मसीह इज नॉट एक बंदा कि अनवर मसीह गिरफ्तार होया हो रिमांड लिया हो बाकी जो कोई हो भी आपे आ जाओ इनकुआरी कहते हैं मैं इनकुआरी कहती इनकुआरी आर्डर करती मैनू ये गल की समझ नहीं आती जब तुम एग्जैक्टनेस फ्रॉम द चीफ मिनिस्टर ऑफ पंजाब ऑन द फ्लोर ऑफ द हाउस ਉਹਦਾ ਔਰ ਹਾਊਸ ਦੇ ਬਾਹਰ ਕਹਿਣਾ ਉਹਦਾ ਬੜਾ ਫਰਕ ਹੈ ਔਰ ਅਗਰ ਹਾਊਸ ਦੇ ਵਿੱਚ ਉਹਨਾਂ ਨੇ ਐਸ਼ੋਰੈਂਸ ਦਿੱਤੀ ਹੈ ਤਾਂ ਉਹਦਾ ਸਟੈਂਡਿੰਗ ਹੋ ਰਿਹਾ ਉਹਦਾ ਮਤਲਬ ਹੋ ਰਿਹਾ
ਔਰ ਉਹਦੀ ਕਮਿਟਮੈਂਟ ਹੋ ਰਹੀ ਸਿੰਗਲ ਲਾਈਨ ਜਵਾਬ ਸੀਗਾ ਫਲੋਰ ਦੇ ਉੱਤੇ ਫਲੋਰ ਦੇ ਸਿੰਗਲ ਲਾਈਨ ਜਵਾਬ ਸੀਗਾ ਤੁਸੀਂ ਵੀ ਉੱਥੇ ਸੀਗੇ ਨਹੀਂ ਨਹੀਂ ਮੈਂ ਜਿਹੜੀ ਅਸ਼ੋਰੈਂਸ ਨੂੰ ਨਹੀਂ ਕਹਿ ਰਿਹਾ ਮੈਂ ਇਹ ਕਹਿਣਾ ਜਦ ਤੁਸੀਂ ਅਸ਼ੋਰੈਂਸ ਵੀ ਦਿੰਦੇ ਹੋ ਅਸ਼ੋਰੈਂਸ ਇੱਕ ਤਾਂ ਅਸ਼ੋਰੈਂਸ ਆ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਅਸ਼ੋਰੈਂਸ ਹੈ ਜਿਹੜੇ ਵੀ ਹੋਣਗੇ ਜਿੰਨਾ ਮਰਜ਼ੀ ਉੱਚਾ ਹੋਵੇ ਇਹ ਤਾਂ ਹੋ ਗਈ ਅਸ਼ੋਰੈਂਸ ਇੱਕ ਹੈਗਾ ਕਿ ਅਸੀਂ ਡੀ ਐਸ ਪੀ ਨੂੰ ਇਨਕੁਆਇਰੀ ਮਾਰ ਕਰਤੀ ਠੀਕ ਹੈ ਐਸ ਟੀ ਐਫ ਨੂੰ ਐਸ ਟੀ ਐਫ ਦੇ ਵਿੱਚ ਡੀ ਐਸ ਪੀ ਦਾ ਚਲੋ ਜੋ ਵੀ ਹੈ ਐਸ ਟੀ ਐਫ ਆਲਰੇਡੀ ਉਹਦੀ ਇਨਕੁਆਇਰੀ ਕਰ ਰਹੀ ਹੈ ਉਹਨੂੰ ਆਲਰੇਡੀ ਅਰੈਸਟ ਕਰਿਆ ਜਾ ਚੁੱਕਿਆ ਆਲਰੇਡੀ ਉਹਦਾ 2 ਦਿਨ ਦਾ ਰਿਮਾਂਡ ਲਿਆ ਜਾ ਚੁੱਕਿਆ ਆਲਰੇਡੀ ਉਹ 20 ਦਿਨ ਪੇਸ਼ ਨਹੀਂ ਹੋਇਆ ਵਿੱਚ ਹੀ 1 ਦਿਨ ਪੇਸ਼ ਹੋਇਆ ਚਲਾ ਗਿਆ ਕਿੰਨੇ ਬੰਦਿਆਂ ਨੂੰ ਨਾਲ ਲੈ ਕੇ ਪੇਸ਼ ਹੋਇਆ ਹੁਣ ਦੁਬਾਰਾ ਉਹ ਜਦ ਆਇਆ ਕੱਲ੍ਹ ਤਾਂ ਉਹਨੂੰ ਅਰੈਸਟ ਕਰਿਆ ਗਿਆ ਦੇਖੋ ਇਹ ਫੈਕਟ ਨੇ ਸੋ ਜਦ ਆਨਰੇਬਲ ਸੀ ਐਮ ਜਦ ਕਿਤੇ ਸਟੇਟਮੈਂਟ ਦਿੰਦੇ ਨੇ ਮੈਂ ਸਰਕਾਰ 'ਚ ਰਿਹਾ ਮੈਨੂੰ ਪਤਾ ਕਾਲ ਰਿਟੈਂਸ਼ਨ ਮੋਸ਼ਨ ਹੋ ਜਾਂਦੀ ਸੀ ਸਾਨੂੰ ਰਾਤ ਨੂੰ 12 ਵਜੇ ਫੋਨ ਆ ਜਾਂਦਾ ਸੀ ਵੀ ਇਹਦੇ ਫੈਕਟ ਲੱਭੋ ਕੀ ਨੇ ਸੋ ਜਿਹੜੇ ਫੈਕਟ ਲੱਭੇ ਤੋਂ ਬਿਨਾਂ ਜਿਹੜੀ ਸਰਕਾਰ ਬਿਆਨ ਦੇ ਰਹੀ ਹੈ ਬਿਆਨ ਦੇਣਾ ਕੋਈ ਔਖਾ ਕੰਮ ਨਹੀਂ ਹੈ ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਸਰਕਾਰ 'ਚ ਇਹ ਵੀ ਕਮਜ਼ੋਰੀ ਹੈ ਕਿ ਕੇਸ ਦੇ ਤੁਸੀਂ ਦੇਖੋ ਇਸ ਤੋਂ ਪਹਿਲਾਂ ਇਮੀਡੀਏਟਲੀ ਇਹਨੂੰ ਤਾਂ ਕਹਿਤਾ ਕਿਉਂਕਿ ਅਕਾਲੀਆਂ ਨੇ ਸਾਰਿਆਂ ਨੇ ਰੌਲਾ ਫੋਟੋ ਪੋਲੀਟਿਕਸ ਜਿਹੜਾ 400 ਕਿਲੋ ਫੜਿਆ ਗਿਆ ਸੀ ਅੱਡ ਗੱਡਿਆਂ ਦੇ ਗੱਡੇ ਨਮਕ ਦੇ ਬਹਾਨੇ 'ਚ ਅੰਮ੍ਰਿਤਸਰ 'ਚ ਉਹਦਾ ਕੀ ਕਰਿਆ ਉਹਦਾ ਕੀ ਆਇਆ ਹੁਣ ਤੱਕ ਸੋ ਅੱਗੇ ਹੈਰੋਇਨ ਫੜੀ ਜਾਂਦੀ ਸੀ ਗ੍ਰਾਮਾਂ 'ਚ ਫਿਰ ਫੜੀ ਜਾਣ ਲੱਗੀ ਕਿਲੋਆਂ 'ਚ ਹੁਣ ਫੜੀ ਜਾ ਰਹੀ ਹੈ ਕੁਆਂਟਲਾਂ 'ਚ ਸੋ ਇਹ 3 ਸਾਲ ਦੀ ਇਹਨਾਂ ਦੀ ਸਰਕਾਰ ਹੋ ਗਈ ਹੈ ਅਤੇ ਕਿਲੋਆਂ ਤੋਂ ਕੁਆਂਟਲਾਂ 'ਚ ਚਲੇ ਗਈ ਇਹ ਹੁਣ ਆਪੇ ਦੇਖ ਲੈਣ ਸਿਆਸਤਦਾਨ 2 ਧਿਰਾਂ ਦੇ ਬੈਠੇ ਨੇ ਅਤੇ ਮੈਨੂੰ ਤਾਂ ਇਹ ਲੱਗਦਾ ਨਹੀਂ ਇੱਕ ਦੂਜੇ 'ਤੇ ਦੋਸ਼ ਲਾਈ ਜਾਂਦੇ ਨੇ ਇੱਕ ਦੂਜੇ ਨੂੰ ਕਹੀ ਜਾਂਦੇ ਨੇ ਇਹਨੇ ਆਹ ਕਰਿਆ ਉਹਨੇ ਆਹ ਕਰਿਆ ਮੈਨੂੰ ਐਂ ਲੱਗਦਾ ਵੀ ਇਹਨਾਂ ਦਾ ਉੱਤਰ ਕਾਟੋ ਮੈਂ ਚੜ੍ਹਾਂ ਵਾਲੀ ਵਾਰੀ ਹੈ ਉਹ ਸਾਰੇ ਰਲੇ ਰੁੜੇ ਹੋਏ ਨੇ ਇਹਨਾਂ ਦੇ ਆਪਦੇ ਬੰਦੇ ਵਿੱਚ ਇਨਵੋਲਵ ਨੇ ਉਹ ਵਿੱਚ ਕਾਂਗਰਸੀ ਵੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਇਸ ਦੀ ਮੈਂ ਆ ਰਿਹਾ ਸੀ CTU ਦੀ ਬੱਸ 'ਚ ਬੈਠਿਆ ਇੱਕ ਮੁੰਡਾ ਜਾ ਜਿਹੜਾ ਮਤਲਬ ਕਾਂਗਰਸੀ ਲੀਡਰ ਖਾਉਂਦਾ ਸੀ ਆਪਦੇ ਆਪ ਨੂੰ ਬਿਲਕੁਲ ਐਵੇਂ 20-22 ਸਾਲ ਦਾ ਹੋਊਗਾ ਉਹ ਫੋਨ 'ਤੇ ਕਿਤੇ ਡੇਰਾਬਸੀ ਦੇ ਲਾਗੇ ਲਾਲੜੂ ਦੇ ਥਾਣੇ ਦੇ ਲਾਗੇ ਕਿਤੇ ਕਿਸੇ ਨੂੰ ਫੜਿਆ ਹੋਣਾ ਉਹ ਉਹਨੂੰ ਕਹਿੰਦਾ ਮੇਰੀ ਗੱਲ ਕਰਾ ਕਹਿੰਦਾ ਟਾਈਮ ਦੀ ਪੇਟੀ ਲਾਉਣੀ ਹੈ ਇਹ ਆਪਣਾ ਮਾਲ ਹੈ ਉਹਨੇ ਨਸ਼ੇ ਫੜੇ ਹੋਏ ਸੀ ਫਿਰ ਉਹਨੂੰ ਕਹਿੰਦਾ ਉਹ ਫਲਾਣੀ DSP ਦੀ ਪਾਰਟੀ 'ਚ ਮੈਂ ਗਿਆ ਫਲਾਣਾ ਇੱਕ CTU ਦੀ ਬੱਸ 'ਚ ਆਰਡੀਨਰੀ ਬੱਸ 'ਚ ਬੈਠਾ ਬੰਦਾ ਇੱਕ 20 ਸਾਲ ਦਾ ਬੰਦਾ ਇੰਨੀ ਫੋਨ ਦੇ ਉੱਤੇ ਗੱਲ ਕਰ ਰਿਹਾ ਔਰ ਇੱਕ SHO ਨੂੰ ਉਹ ਇਸ ਤਰ੍ਹਾਂ ਦੀ ਭਾਸ਼ਾ ਬੋਲ ਰਿਹਾ ਇਹ ਤੋਂ ਇਹ ਪਤਾ ਲੱਗਦਾ ਵੀ ਸਾਰੇ ਲੜੇ ਹੋਏ ਨੇ ਇਹੋ ਜਿਹੀ ਭਾਸ਼ਾ ਦਾ ਕੋਈ ਬੰਦਾ ਸੱਚੀ ਮੁੱਚੀ ਦਾ ਸਮਰਥਨ ਬੋਲਣ ਤੋਂ ਡਰਦਾ ਠੀਕ ਹੈ ਮੈਂ ਮੰਗੜ ਸਾਹਿਬ ਇੱਕ ਸਵਾਲ ਦਾ ਜਵਾਬ ਤੁਸੀਂ ਦੇ ਸਕਦੇ ਹੋ ਤੁਹਾਡੇ ਆਪਦੇ ਲੀਡਰ ਸਰਕਾਰ ਨੂੰ ਸਵਾਲ ਕਰਦੇ ਪਏ ਆ ਕਿ ਨਸ਼ੇ ਦੇ ਮਾਮਲੇ 'ਚ ਅਸੀਂ ਨਾਕਾਮ ਹੋਏ ਹਾਂ ਕੋਈ ਵੱਡਾ ਮਗਰਮੱਛ ਅਸੀਂ ਨਹੀਂ ਫੜ ਸਕੇ ਤੁਸੀਂ ਉਹਨਾਂ ਨੂੰ ਤਾਂ ਕੋਈ ਜਵਾਬ ਦੇ ਦਿਓ ਤੁਸੀਂ ਕਾਲੀਆਂ ਜਵਾਬ ਦੇਈ ਜਾਂਦੇ ਹੋ ਨਹੀਂ KP ਦੇਖੋ ਡਰੱਗਸ ਜਿੱਥੋਂ ਜਿੱਥੋਂ ਰਿਕਵਰੀ ਹੋ ਰਹੀ ਹੈ ਉਹਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ STF ਨੂੰ ਫ੍ਰੀ ਰਨ ਦੇ ਰੱਖਿਆ ਹੈ ਜੀ ਜਮਾਂ ਹੀ ਫ੍ਰੀ ਰਨ ਦੇ ਰੱਖਿਆ ਹੈ ਵੀ ਇਰਰਿਸਪੈਕਟਿਵ ਜੋ ਵੀ ਹੈ ਉਹਨੂੰ ਉਹ ਕਰੋ ਬਾਕੀ ਜਿਹੜੀ ਗਰਗ ਸਾਹਿਬ ਕਹਿ ਰਹੇ ਆ ਗਰਗ ਸਾਹਿਬ ਹੁਣੀ ਤੁਸੀਂ ਕੱਲ੍ਹ ਪਰਸੋਂ ਕਹਿ ਰਹੇ ਸੀਗੇ ਜੀ ਇਹਨਾਂ ਦੇ MLAਆਂ ਦੀ ਨਹੀਂ ਕੋਈ ਸੁਣਦਾ ਠੀਕ ਹੈ ਕੋਈ ਅਫਸਰ ਨਹੀਂ ਸੁਣਦਾ ਮਤਲਬ ਮੈਨੂੰ ਯੂ ਆਰ ਕੰਟਰਡਿਕਟਿੰਗ ਯੋਰ ਓਨ ਸਟੇਟਮੈਂਟ ਜੇ ਸਾਡੇ ਟਰਸਟ ਮੀ ਨੋ ਕਾਂਗਰਸੀ ਵੁੱਡ ਐਵਰ ਡੂ ਦੈਟ ਮੰਗਰ ਸਾਹਿਬ ਇਸ ਤੋਂ ਪਹਿਲਾਂ ਤੁਸੀਂ ਸਾਰੇ ਲੋਕ ਇਹ ਕਹਿੰਦੇ ਸੀ ਸਰਹੱਦ ਪਾਰ ਤੋਂ ਹੈਰੋਇਨ ਆ ਰਿਹਾ ਹੈ ਇੱਥੇ ਇੱਕ ਮੈਂ ਮੰਗਰ ਸਾਹਿਬ ਆ ਰਿਹਾ ਤੁਹਾਡੇ ਕੋਲੇ ਹਾਂਜੀ ਇੱਥੇ ਹੁਣ ਹੈਰੋਇਨ ਪਿਊਰੀਫਿਕੇਸ਼ਨ ਦੀ ਗੱਲ ਹੋ ਰਹੀ ਹੈ ਹਾਂਜੀ ਇਹ ਕਦੋਂ ਤੋਂ ਚੱਲ ਰਹੀ ਸੀ ਫੈਕਟਰੀ ਦੇਖੋ ਇਟ ਇਜ਼ ਅੰਡਰ ਇਨਵੈਸਟੀਗੇਸ਼ਨ ਠੀਕ ਹੈ STF ਵਾਂਟਸ ਦੇ ਕੰਪਲੀਟ ਦ ਇਨਵੈਸਟੀਗੇਸ਼ਨ 3 ਸਾਲ ਤੋਂ ਚੱਲ ਰਹੀ ਸੀ ਜਾਂ 3 ਮਹੀਨੇ ਤੋਂ ਚੱਲ ਰਹੀ ਸੀ ਇਟ ਇਜ਼ ਦੇਖੋ ਜੀ ਇਹ STF ਜਦ ਤੱਕ ਇਨਵੈਸਟ ਸਾਹਿਬ ਤੁਸੀਂ ਦੱਸ ਦਿਓ ਇਹ STF ਦੇਖੂਗੀ ਦੱਸੂਗੀ ਫਿਰ ਹੁਣ ਕਾਂਗਰਸ 'ਚ ਇਹਨਾਂ ਦੀ ਸਰਕਾਰ ਹੈ 3 ਸਾਲ ਨਹੀਂ ਜ਼ੀਰੋ ਟੋਲਰੈਂਸ ਤੁਸੀਂ ਕਹਿੰਦੇ ਹੋ ਨਾ ਜ਼ੀਰੋ ਟੋਲਰੈਂਸ ਕਹਿੰਦੇ ਹੋ ਇਹਨਾਂ ਤਾਂ ਤੁਸੀਂ ਪੁੱਛ ਲਿਓ ਨਾ ਆਪਦੇ ਲੀਡਰ ਤੋਂ ਵੀ ਭਾਈ ਤੂੰ ਕਦੋਂ ਦੀ ਫੈਕਟਰੀ ਕਰਾਈ ਦਿੱਤੀ ਹੋਈ ਸੀ ਮੈਂ KP ਫਿਰ ਦੁਬਾਰਾ ਕਲੀਅਰ ਕਰਦੇ ਹਾਂ ਕਿ 3 ਸਾਲ ਤੋਂ ਸਰਕਾਰ ਕਾਂਗਰਸ ਦੀ ਹੈ ਔਰ ਅਗਰ ਕਾਂਗਰਸ ਦੀ ਸਰਕਾਰ ਦੇ ਨੀਚੇ ਇੱਕ ਘਰ ਦੇ ਵਿੱਚ ਐਸਾ ਕੋਈ ਕੰਮ ਚੱਲ ਰਿਹਾ ਸੀ ਚਾਹੇ ਉਹ 1 ਮਹੀਨੇ ਤੋਂ ਚੱਲ ਰਿਹਾ ਸੀ 2 ਤੋਂ 3 ਤੋਂ ਸੋ ਜ਼ਿੰਮੇਵਾਰੀ ਕਾਂਗਰਸ ਸਰਕਾਰ ਦੀ ਹੈ ਮੌਕੇ ਦੇ ਮੌਜੂਦਾ ਉੱਥੇ ਦੇ ਤੁਹਾਡੇ ਹੁੰਦੇ ਚੱਲ ਰਿਹਾ ਸੀ ਕਿ ਨਹੀਂ ਚੱਲ ਰਿਹਾ ਉੱਥੇ ਦੀ ਹੈ ਤੁਹਾਡੇ ਹੁੰਦੇ ਚੱਲ ਰਿਹਾ ਸੀ ਕਿ ਨਹੀਂ ਚੱਲ ਰਿਹਾ ਸੀ KP ਸ਼੍ਰੋਮਣੀ ਅਕਾਲੀ ਦਲ BJP ਦੇ ਟਾਈਮ ਤੇ ਇੰਨਾ ਜ਼ਿਆਦਾ ਇਸ਼ੂ ਨਹੀਂ ਸੀ ਡਰੱਗ ਦਾ ਜਿਹੜਾ ਇਸ਼ੂ ਆ ਉਹ ਪੰਜਾਬ ਦਾ ਇਕੱਲੇ ਦਾ ਨਹੀਂ ਹਿੰਦੁਸਤਾਨ ਦਾ ਵਰਲਡ ਵਾਈਡ ਹੈ ਪਰ ਜੋ ਹੁਣ ਕਾਂਗਰਸ ਦੀ ਮੌਜੂਦਾ ਸਰਕਾਰ ਦੇ ਵਿੱਚ ਹੋ ਰਿਹਾ ਜਿੱਦਾਂ ਕਿ ਪਿੰਡਾਂ ਦੇ ਵਿੱਚ ਵੀ ਉੱਧਰ ਲਿਵਿੰਗ ਇੰਡੀਆ ਨੇ ਇੱਕ ਕੀਤਾ ਹੈਗਾ ਸਟਿੰਗ ਆਪਰੇਸ਼ਨ ਕੀਤਾ ਇੱਕ ਪਿੰਡ 'ਚ 4 ਥਾਂ 'ਤੇ ਨਸ਼ਾ ਵਿਕ ਰਿਹਾ ਸੀ ਸੋ ਮੈਨੂੰ ਲੱਗਦਾ ਕਿ ਜਿਹੜੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਅਮਰਿੰਦਰ ਸਿੰਘ ਜੀ ਨੇ ਸਹੁੰ ਤਾਂ ਖਾਧੀ ਸੀ 4 ਹਫ਼ਤੇ 'ਚ ਖਤਮ ਕਰਨ ਦੀ ਪਰ ਉਹ ਮਹਿਲਾ ਪੁੱਠੀ ਕੰਮ ਕਰ ਰਹੀ ਹੈ ਇਹਨਾਂ ਨੇ ਕਰਤਾ ਕਿ ਪਿੰਡੋਂ ਬਾਹਰ ਨਾ ਜਾਣਾ ਪਵੇ ਦੂਜੇ ਚੈਨਲ ਸਰਕਾਰੀ ਬਣਾ ਦੇਵਾਂਗੇ ਕਲੀਅਰ ਸਾਹਿਬ ਜੇ ਤੁਸੀਂ ਐਗਜ਼ਾਮਪਲ ਦੂਜੇ ਚੈਨਲ ਦੇਣੇ ਮੈਂ ਵੀ ਕੀਤਾ ਹੋਇਆ ਕਿਸੇ ਚੈਨਲ ਦੇ ਵਿੱਚ ਹੁਣ ਮੈਂ ਉਹਦਾ ਨਾਮ ਵੀ ਲਊਂਗਾ ਤੁਹਾਡੇ ਰਾਜ 'ਚ ਹੋਇਆ ਸੀ ਉਹ ਮੈਂ ਤਾਂ ਇੱਕ ਸਿੰਪਲ ਜਿਹਾ ਸਵਾਲ ਕੀਤਾ ਤੁਹਾਨੂੰ ਕਲੀਅਰ ਸਾਹਿਬ ਤੁਹਾਨੂੰ ਇਹ ਤਾਂ ਪਤਾ ਹੋਊਗਾ ਨਾ ਤੁਹਾਡੇ ਲੀਡਰ ਨੇ ਕੋਠੀ ਮੈਂ ਉਸ ਮੈਂ ਉਹਨੂੰ ਮੈਂ ਉਹਨੂੰ ਮੁਲਜ਼ਮ ਨਹੀਂ ਸਾਬਤ ਕਰ ਰਿਹਾ ਨਾ
केपी जी ये किसी भी बंदे दिया निजी चीजा ने निजी है अगर कोई गलती करता ओदी निजी है एदे नाल पार्टियां कदे पुछदियां नहीं कि तेरे कोले की है तू की कर रहे पार्टी नाले दा कोई लेना देना ठीक है छोटा ब्रेक लवांगे ब्रेक तो वापस आवांगे मसला निजी है का नशे दा मसला पंजाब दा क्यों बनाया गया सवाल ये भी है का ब्रेक तो वापस आ रहे सवाल एक ही पूछ रहे हैं सवाल असीं ये पूछ रहे हैं कि नशे नाल जुड़दे सियासी कनेक्शन दी जांच विच वड्डे मगरमच्छ फसन गए प्रश साहब मैं सवाल गलत पूछ लिया सी अकाली दल नूं मैं तो सिर्फ एक सधारण सवाल पूछा तुहाडा लीडर है तुहानूं ये पता होगा जां उत्थों पूछा होगा भी कोठी कदों तो इस किराए ते दित्ती हुई सी जां कोठी कदों तो उत्थे मौजूद हैगी सी क्योंकि उन्हूं वेचण दा काम भी आया फिर अफगान नैशनलिस्ट उत्थे रहिंदा पिया सीगा असीं कोई पुछदे दसदे नहीं कि जिन्हों मर्जी कोठी दे दिए किराए ते मैं तो इस थ्योरी नहीं समझ आ रही देखो अजकल तो यह बड़ी कानूनी जी रिक्वायरमेंट हैगी है कि जे तुसीं अपना मकान किराए ते दिंदे हो तो उहदी पुलिस जिहड़ी है वेरीफिकेशन करांदी है उहदा सारा सारा बैकग्राउंड चैक हुंदा इस मामले च होया नहीं होया इह तां हुण पुलिस दी इनकुआरी दसेगी लेकिन जो प्राइमरी फेस लग रहा है कि फिलहाल उन्होंने कुछ इहदे विच निकल के सामने नहीं आया दूजा केपी जी मैं तुहाडे ध्यान दे विच इह गल लैके आना चाहुंदा है कि पिछले 5-7 साल तो जदों भी ड्रग दा इशू पंजाब दे विच उछलिया ਉੱਥੇ ਇਹੀ ਜਿਹੜੇ ਗੱਲ ਚੱਲਦੀ ਰਹੀ ਹੈ ਕਿ ਛੋਟੇ ਮੋਟੇ ਜਿਹੜੇ ਕਾਰਕੁਨ ਹੈਗੇ ਆ ਉਹ ਜਿਹੜੇ ਕੈਰੀਅਰ ਆ ਜਿਹਨੂੰ ਆਪਾਂ ਮਿਊਲ ਕਹਿੰਦੇ ਹਾਂ ਉਹਨਾਂ ਨੂੰ ਤਾਂ ਫੜ ਲੈਂਦੀ ਹੈ ਪੁਲਿਸ ਜਿਹੜੇ ਵੱਡੇ ਮਗਰ ਮੱਛਾਂ ਨਿਕਲ ਜਾਂਦੇ ਆ ਉਹ ਵੱਡੇ ਮਗਰ ਮੱਛਾਂ ਨੂੰ ਫੜਨ ਦੇ ਇੰਤਜ਼ਾਰ 'ਚ ਹੁਣ ਇਸ ਵੇਲੇ 5 ਸਾਲ ਲੰਘ ਗਏ ਹੁਣ ਮੈਂ ਸਮਝਦਾ ਹਾਂ ਕਿ ਮੌਕਾ ਆ ਗਿਆ ਜਿਹੜੀ ਸਰਕਾਰ ਵੀ ਮੂਡ 'ਚ ਲੱਗਦੀ ਹੈ ਔਰ ਇਹ ਇੱਕ ਇਹਨੂੰ ਆਪਾਂ ਜੋ ਪਰੂਫ ਕਹੀਏ ਜਾਂ ਕਮ ਸੇ ਕਮ ਕੋਈ ਇੰਡੀਕੇਸ਼ਨ ਤਾਂ ਹੈ ਨਾ ਕਿ ਕੌਣ ਕਿਹਦੇ ਨਾਲ ਜੁੜਿਆ ਹੋਇਆ ਦੇਖੋ ਇਹ ਜਿਹੜਾ ਕੰਮ ਇੰਨਾ ਵੱਡਾ ਜਿਹੜਾ ਇੰਨੀ ਪੱਧਰ 'ਤੇ ਹੋ ਰਿਹਾ ਇਹਦੇ ਵਿੱਚ ਇੱਕ ਨਹੀਂ ਦੋ ਨਹੀਂ 3-4 ਜਿਹੜੀਆਂ ਪਾਰਟੀਆਂ ਉਹਨਾਂ ਦੀ ਮਿਲੀ ਭੁਗਤ ਹੁੰਦੀ ਹੈ ਪਾਰਟੀ ਦਾ ਮਤਲਬ ਇਹ ਹੈ ਮੇਰਾ ਕਿ ਪੋਲੀਟੀਕਲ ਪਾਰਟੀ ਨਹੀਂ ਇਹਦੇ ਵਿੱਚ ਦੇਖੋ ਪੁਲਿਸ ਵਾਲੇ ਭਗਤ ਹੁੰਦੀ ਮਿਲੀ ਭਗਤ ਹੁੰਦੀ ਹੈ ਇਹਦੇ ਵਿੱਚ ਉਹ ਜਿਹੜੇ ਫਿਰ ਸਿਆਸੀ ਜਿਹੜੀ ਪਨਾਹ ਉਹ ਵੀ ਮਿਲਦੀ ਹੈ ਉਹਨਾਂ ਨੂੰ ਸੁਰੱਖਿਆ ਮਿਲਦਾ ਹੈ ਉਹਦੀ ਪ੍ਰੋਟੈਕਸ਼ਨ ਮਿਲਦੀ ਹੈ ਮੇਰੇ ਕੋ ਇੱਕ ਪ੍ਰੈਸ ਰਿਲੀਜ਼ ਆਈ ਹੈ ਅਕਾਲੀ ਦਲ ਦੀ ਇਹ ਕਹਿੰਦੇ ਪਏ ਆ ਕਿ ਇਹ ਅਨੁਰਮ ਮਸੀਹ ਹੈ ਜਿਹੜਾ ਕਾਂਗਰਸ ਦਾ ਨੇਤਾ ਇਹਨੂੰ ਕਿਵੇਂ ਨਜਿੱਠੀ ਹੋਣ ਅਕਾਲੀ ਦਲ ਨੇ ਅਨੁਰਮ ਸਿੰਘ ਅਤੇ ਕਾਂਗਰਸੀਆਂ ਨਸ਼ਾ ਸਰਗਰਮ ਤੌਰ ਤੇ ਪਰਦਾਫਾਸ਼ ਕੀਤਾ ਇਹਦੀ ਹੈਡਲਾਈਨ ਇਹ ਹੈ ਇਹਨਾਂ ਨੇ ਸਬੂਤ ਹੀ ਪੇਸ਼ ਕੀਤੇ ਨਾਲ ਕਿ ਅਨੁਰਮ ਸਿੰਘ ਕਾਂਗਰਸੀ ਹੈ ਅੱਜ ਕੁਝ ਅਕਾਲੀ ਨੇਤਾਵਾਂ ਨੇ ਅੱਜ ਉੱਥੇ ਵਿਧਾਨ ਸਭਾ ਦੇ ਇੱਥੇ ਜਿਹੜਾ ਲਾਉਂਜ ਆ ਉੱਥੇ ਬੈਠ ਕੇ ਕੀਤਾ ਹੈ ਲੇਕਿਨ ਫੈਕਟ ਹੈ ਕਿ ਫਿਲਹਾਲ ਅਕਾਲੀ ਦਲ ਇਸ ਗੱਲ ਨੂੰ ਡਿਨਾਈ ਨਹੀਂ ਕਰ ਰਿਹਾ ਕਿ ਉਹਨੂੰ ਅਕਾਲੀ ਦਲ ਦੇ ਰਿਵਾਜ ਦੇ ਵਿੱਚ ਹੀ ਅਨੁਰਮ ਸਿੰਘ ਨੂੰ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ ਸੀ ਔਰ ਹਾਲੇ ਤੱਕ ਉਹਦਾ ਮੈਂਬਰ ਸੀ ਔਰ ਹੁਣ ਵੀ ਤੁਹਾਡੇ ਸਾਹਮਣੇ ਤੁਸੀਂ ਪੁੱਛਿਆ ਹੀ ਹੈ ਅਕਾਲੀ ਦਲ ਦੇ ਜਿਹੜੇ ਸਪੋਕਸਮੈਨ ਇੱਥੇ ਬੈਠੇ ਹੈ ਕਿ ਜੀ ਉਹ ਪਾਰਟੀ ਦਾ ਕੀ ਹੈ ਉਹਨਾਂ ਨੇ ਇਹਨੂੰ ਨਾ ਡਿਨਾਈ ਕੀਤਾ ਇਹ ਜ਼ਰੂਰ ਕਿਹਾ ਕਿ ਹਾਂ ਜੀ ਅਸੀਂ ਉਹਦੇ ਖਿਲਾਫ ਐਕਸ਼ਨ ਲਵਾਂਗੇ ਹੁਣ ਐਕਸ਼ਨ ਲਵਾਂਗੇ ਤਾਂ ਤਈਆਂ ਲੋਕਾਂ ਨੇ ਜੇ ਤੁਹਾਡੇ ਬੰਦਾ ਹੈ ਠੀਕ ਕਲੀਅਰ ਸਾਹਿਬ ਮੈਨੂੰ ਥੋੜ੍ਹਾ ਜਿਹਾ ਦੱਸ ਦਿਓ ਅਕਾਲੀ ਦਲ ਦਾ ਮੈਂਬਰ ਹੈ ਮੈਂ ਕੇਪੀ ਜੀ ਪਹਿਲਾਂ ਵੀ ਇਹ ਗੱਲ ਕਹਿ ਕੇ ਹਟਿਆ ਕਿ ਉਹ ਅਕਾਲੀ ਦਲ ਦਾ ਮੈਂ ਤੁਹਾਨੂੰ ਗੱਲ ਹੀ ਉੱਥੋਂ ਸ਼ੁਰੂ ਕੀਤੀ ਸੀ ਕਿ ਉਹ ਆਪਣਾ ਉਹਦਾ ਕ੍ਰਿਸਚੀਅਨ ਫਰੰਟ ਹੈ ਮਾਈਨੋਰਟੀ ਕੋਟੇ 'ਚ ਉਹਨੂੰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਟਾਈਮ 'ਤੇ ਐਸਐਸ ਬੋਰਡ ਦਾ ਮੈਂਬਰ ਲਾਇਆ ਗਿਆ ਅਕਾਲੀ ਦਲ ਦਾ ਮੈਂਬਰ ਨਹੀਂ ਹੈ ਉਹ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਉਹਦੇ ਕੋਲ ਨਹੀਂ ਹੈਗੀ ਨਾ ਉਹ ਮੈਂਬਰ ਹੈ ਅਕਾਲੀ ਦਲ ਠੀਕ ਹੈ ਸਰ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਸੀ ਪਹਿਲਾਂ ਤੁਹਾਡੇ ਸਵਾਲ ਤੋਂ ਮਾਂਗਟ ਸਾਹਿਬ ਨੇ ਕਿਹਾ ਨਸ਼ੇ ਨਾਲ ਜੁੜੀ ਹੋਈ ਮਤਲਬ ਐਂ ਨਹੀਂ ਹੁੰਦਾ ਵੀ ਤੁਸੀਂ ਹਰ ਇੱਕ ਗੱਲ ਨੂੰ ਮਕੈਨੀਕਲੀ ਲੈਂਦੇ ਹੋ 6 ਲੱਖ ਤੋਂ ਵੱਧ ਬੂਪਰੀ ਨੋਰਫਿਨ ਦੀਆਂ ਗੋਲੀਆਂ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੇ ਮਾਰਕੀਟ ਦੇ ਵਿੱਚ ਬਿਨਾਂ ਕਿਸੇ ਰਿਕਾਰਡ ਦੇ ਵੇਚੀਆਂ ਨੇ ਕਰੋੜਾਂ ਰੁਪਏ ਦੀ ਉਹ ਹੇਰਾਫੇਰੀ ਹੋਈ ਹੈ ਸੈਕਟਰੀ ਅਤੇ ਮਿਨਿਸਟਰ ਦੀ ਆਪਸ ਵਿੱਚ ਟਾਈ ਪਈ ਹੈ ਇਸ ਗੱਲ ਦੇ ਉੱਤੇ ਮਿਨਿਸਟਰ ਨੇ ਕਿਹਾ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਦਿਉ ਸੈਕਟਰੀ ਕਹਿੰਦਾ ਮੈਂ ਇਹਨਾਂ ਨੂੰ ਨੋਟਿਸ ਜਾਰੀ ਕਰਨੇ ਨੇ ਅਤੇ ਇਹ ਮੈਂ ਤਾਂ ਨਹੀਂ ਕਹਿ ਰਿਹਾ ਇਹ ਤਾਂ ਇਹਨਾਂ ਦੀ ਸਰਕਾਰ ਕਹਿ ਰਹੀ ਹੈ ਬਿਲਕੁਲ 6 ਲੱਖ ਗੋਲੀਆਂ ਬੂਪਰੀ ਨੋਰਫਿਨ ਦੀਆਂ 90-95 ਜਿਹੜੇ 96 ਨੇ ਇਹ ਨਸ਼ਾ ਛੁਡਾਊ ਕੇਂਦਰ ਗਾਹ ਕਿੰਨੇ ਉਹ 'ਚੋਂ ਇਹਨਾਂ ਨੇ ਸੱਚੀ ਮੁੱਚੀ ਉਹ ਨਸ਼ਾ ਛੁਡਾਊ ਵੀ ਨੇ ਕਿ ਇਕੱਲੇ ਰੀਹੈਬਲੀਟੇਸ਼ਨ ਹੀ ਨੇ ਇਹਨਾਂ ਨੇ ਅੱਜ ਤੱਕ ਇਹਨਾਂ ਕੇਂਦਰਾਂ ਦਾ ਕਦੇ ਮੁਆਇਨਾ ਕਰਿਆ ਮੋਹਾਲੀ ਦੇ ਲਾਗੇ ਜ਼ਿਆਦਾ ਹੋ ਤੁਸੀਂ ਖਰੜ ਮੋਹਾਲੀ ਕੁਰਾਲੀ ਦੂਰ ਨਾ ਜਾਓ ਇਹਨਾਂ ਨੇ ਕਿੱਦਾਂ ਦੇਖਿਆ ਇਹ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ ਇਹ ਦੋਨੇ ਪਾਰਟੀਆਂ ਦੇ ਬੰਦੇ ਰਲੇ ਹੋਏ ਨੇ ਪੁਲਿਸ ਰਲੀ ਹੋਈ ਹੈ ਕਿਉਂਕਿ ਜਿਹੜਾ ਲੀਡਰ ਹੈ ਉਹ ਮੈਂ ਕਹਿੰਦਾ ਜੇ ਅਕਾਲੀਆਂ ਦੀ ਗੱਲ ਸੱਚੀ ਵੀ ਹੋਵੇ ਉਦੋਂ ਉਸ 'ਚ ਸੀ ਹੁਣ ਇਸ 'ਚ ਆ ਗਿਆ ਇਹ ਰੋਜ਼ ਹੀ ਅਕਾਲੀਆਂ ਨੂੰ ਨਹੀਂ ਪਤਾ ਅਕਾਲੀਆਂ ਕੋਲ ਕੀ ਕਾਂਗਰਸੀ ਗਏ ਨਹੀਂ ਕਾਂਗਰਸੀਆਂ ਕੋਲ ਕੀ ਅਕਾਲੀ ਆਏ ਨਹੀਂ ਸੋ ਇਹ ਛੜੱਪੇ ਮਾਰਦੇ ਨੇ ਲੀਡਰ ਇਹ ਲੀਡਰਾਂ ਨੂੰ ਬੰਦਿਆਂ ਦੀ ਲੋੜ ਹੈ ਅਤੇ ਇਹਨਾਂ ਨੂੰ ਲੋਕਾਂ ਦੀ ਕੋਈ ਲੋੜ ਨਹੀਂ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਨਸ਼ਾ ਵੱਧ ਰਿਹਾ ਇਹ ਗੱਲਾਂ ਜਿੰਨੀਆਂ ਮਰਜ਼ੀ ਮਾਰਨ ਜੇ 3 ਸਾਲ ਦੀ ਐਸ ਟੀ ਐਫ ਬਣੀ ਹੋਈ ਸੀ ਜੇ ਉਦੋਂ ਉਹਨੂੰ ਹਰਪ੍ਰੀਤ ਸਿੱਧੂ ਨੂੰ ਕੰਮ ਕਰਨ ਦਿੱਤਾ ਜਾਂਦਾ
ਕਿ ਹਰਪ੍ਰੀਤ ਸੀ ਕਿਆ ਨਾਮ ਸੀ ਉਹਦਾ ਹਾਂ ਤਾਂ ਜੇ ਉਸਨੂੰ ਪ੍ਰੋਪਰ ਉਦੋਂ ਕੰਮ ਕਰਨ ਦਿੱਤਾ ਜਾਂਦਾ ਉਹ ਟੀਮ ਪ੍ਰੋਪਰ ਕੰਮ ਕਰਨੀ ਚੱਟੋਪਾਧਿਆ ਦਾ ਝਗੜਾ ਪੈ ਗਿਆ ਹੋਰ ਵਿੱਚ ਵਿਚਾਰੇ ਤਾਂ ਨਹੀਂ ਦੁਬਾਰਾ ਲਾ ਕੇ ਤਾਂ ਫਿਰ ਉਹ ਗੱਲ ਖਤਮ ਹੋ ਜਾਂਦੀ ਹੁੰਦੀ ਹੈ ਹਮੇਸ਼ਾ ਤੀਰ ਜਿਹੜਾ ਇੱਕ ਵਾਰ ਜਿਹੜਾ ਚੱਲਦਾ ਡੰਡ ਪੈ ਜਾਂਦੀ ਜਦੋਂ ਹਾਂ ਹੈ ਅਤੇ ਉਹ ਕਹਿੰਦੇ ਨੇ ਵੀ ਰੇਮਨ ਡੋਰੀ ਪ੍ਰੇਮ ਕੀ ਮਤ ਤੋੜੋ ਚਟਕਾਏ ਟੂਟੇ ਸੇ ਫਿਰ ਮਿਲੇ ਨਹੀਂ ਮਿਲੇ ਗਾਂਠ ਪੜ ਜਾਏ ਸੋ ਇਹ ਐਂ ਨਹੀਂ ਰਹਿੰਦਾ ਹੁੰਦਾ ਇਹ ਪ੍ਰੋਫੈਸਰ ਸਾਹਿਬ ਨੇ ਠੀਕ ਕਹੀ ਹੈ ਗੱਲ ਇਹ ਮੈਂ ਇਸ ਗੱਲ ਦੇ ਉੱਤੇ ਬੜੀ ਮੈਨੂੰ ਖੁਸ਼ੀ ਵੀ ਹੈ ਜਿਹੜੀ ਇਹਨਾਂ ਨੇ ਕਹੀ ਹੈ ਕਿ ਇਹ ਪਿਛਲੇ 5-6 ਸਾਲ ਤੋਂ ਨਸ਼ਾ ਬਹੁਤ ਜ਼ਿਆਦਾ ਵਧਿਆ ਹੈ ਇਹ ਦੋਨੇ ਪਾਰਟੀਆਂ ਇਨਵੋਲਵ ਨੇ ਇਹ ਕਹੀ ਜੋ ਮਰਜ਼ੀ ਜਾਣ ਉਦੋਂ ਕੋਈ ਵਿਅਕਤੀ ਜਾਂ ਹੋਰ ਪਾਰਟੀਆਂ ਨੂੰ ਪਤਾ ਕਿ ਹੋ ਰਿਹਾ ਕਿਵੇਂ ਇੱਕ ਮਿੰਟ ਮੈਂ ਬੇਨਤੀ ਕਰਦਾ ਇੱਕ ਬੰਦਾ 185 ਕਰੋ 88 ਕਰੋ 95 ਕਹਿ ਲਓ 97 ਕਹਿ ਲਓ ਕਿਲੋ ਹੈਰੋਇਨ ਉਹਦੀ ਕੋਠੀ 'ਚੋਂ ਫੜੀ ਜਾਂਦੀ ਹੈ ਕੋਠੀ 'ਚੋਂ ਓਨਰਸ਼ਿਪ ਉਹਦੀ ਆ ਇਹ ਤਾਂ ਡਿਨਾਇਲ ਨਹੀਂ ਨਾ ਉਹ ਕਿਰਾਏ 'ਤੇ ਸੀ ਨਹੀਂ ਸੀ ਉਹਨੂੰ ਪਾਰਟੀ ਨੇ 20 ਦਿਨ ਹੋ ਗਏ ਇੱਥੇ ਤੱਕ ਨਹੀਂ ਪੁੱਛਿਆ ਵੀ ਯਾਰ ਇਹ ਕਿਵੇਂ ਹੋ ਗਿਆ ਪਾਰਟੀ ਦਾ ਉਹ ਚਾਹੇ ਜਿਹੜੀ ਮਰਜ਼ੀ ਫਰੰਟ ਤੋਂ ਲਾਇਆ ਉਹਨੂੰ SS ਬੋਰਡ 'ਚੋਂ ਸਿਲੈਕਸ਼ਨ ਕਰਦੇ ਨੇ ਸਾਰੇ ਕਲਾਸ 3 ਮੁਲਾਜ਼ਮਾਂ ਦੀ ਤੇ ਉਸ ਬੋਰਡ ਦੇ ਵਿੱਚ ਉਹ ਮੈਂਬਰ ਸੀ ਉਹਨੂੰ ਹੁਣ ਤੱਕ ਇਹ ਨਹੀਂ ਪੁੱਛਿਆ 20 ਦਿਨਾਂ 'ਚ ਵੀ ਯਾਰ ਇਹ ਕਰਿਆ ਕੀ ਹੈ ਤੈਂ ਇਹ ਕੋਠੀ ਤੇਰੀ ਹੈ ਇਹ ਸੱਚੀ ਮੁੱਚੀ ਕਰਾਚੇ 'ਚ ਸੀ ਪਤਾ ਹੀ ਨਹੀਂ ਸੋ ਇਸ ਤੋਂ ਪਤਾ ਲੱਗਦਾ ਵੀ ਸਾਡੀ ਸੈਂਸਿਟਿਵਿਟੀ ਇਹ ਨਹੀਂ ਹੈ ਕਿ ਗੱਲ ਮਾੜੀ ਹੈ ਮੈਂ ਕਹਿੰਦਾ ਤੁਹਾਡਾ ਬੱਚਾ ਕਿਤੇ ਕੋਈ ਗਲਤੀ ਕਰਕੇ ਆਉਂਦਾ ਹੈ ਘਰੇ ਆਉਂਦਾ ਕਿਸੇ ਨੂੰ ਨਹੀਂ ਪਤਾ ਤੁਸੀਂ ਉਹਨੂੰ ਵੀ ਖਿੱਚ ਦਿਓ ਵੀ ਬੋਲ ਇਹ ਕਿਵੇਂ ਕਰੀ ਆ ਇੱਥੇ ਐਡੀ ਵੱਡੀ ਹੋ ਗਈ ਪਬਲਿਕ ਹੋ ਗਈ ਜਿੱਤ ਕੇ ਪਤਾ ਨਹੀਂ ਕਿਸੇ ਨੂੰ ਇਹ ਤੋਂ ਪਤਾ ਲੱਗਦਾ ਸਾਡੀ ਸਿਆਸਤ ਸੰਜੀਦਾ ਨਹੀਂ ਹੈ ਸੈਂਸਿਟਿਵ ਨਹੀਂ ਹੈ ਕਿਉਂਕਿ ਉਹ ਆਪ ਸਫ਼ਰ ਨਹੀਂ ਕਰ ਰਹੀ ਇਸ ਤੋਂ ਉਹ ਲੋਕ ਸਫ਼ਰ ਕਰ ਰਹੇ ਨੇ ਪ੍ਰੋਫੈਸਰ ਨੇ ਸ਼ੁਰੂ ਤੋਂ ਗੱਲ ਕਹੀ ਸੀਗੀ ਵੀ ਬਹੁਤ ਲੋਕ ਅਫੈਕਟਡ ਆ ਇਹਦੇ ਨਾਲ ਬਹੁਤ ਪਰਿਵਾਰ ਅਫੈਕਟਡ ਹੈ ਉਹ ਇੰਨਾ ਸੰਜੀਦਾ ਮੁੱਦਾ ਉਸ ਸੋਸਾਇਟੀ ਦਾ ਭੱਠਾ ਬਿਠਾਤਾ ਪੰਜਾਬ ਦਾ ਹਾਂ ਪ੍ਰੋਫੈਸਰ ਕੀ ਕਹਿਣਾ ਚਾਹ ਰਹੇ ਤੁਸੀਂ ਮੈਂ ਡਾਕਟਰ ਸਾਹਿਬ ਦੀ ਜਿਹੜੀ ਗੱਲ ਹੈ ਉਹਨੂੰ ਥੋੜ੍ਹੀ ਜਿਹਾ ਅੱਗੇ ਵਧਾਉਂਦੇ ਹੋਏ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਐਲੀਮੈਂਟ ਹੈ ਜਿਹਨੇ ਨਸ਼ੇ ਦੀ ਟ੍ਰੇਡ ਦੇ ਵਿੱਚ ਆਪਣਾ ਜਿਹੜਾ ਕਾਰੋਬਾਰ ਕਰਨਾ ਉਹਨਾਂ ਨੂੰ ਸਿਆਸੀ ਪਨਾਹ ਸਨਿਆਸੀ ਜਿਹੜਾ ਪ੍ਰੋਟੈਕਸ਼ਨ ਦੀ ਬਹੁਤ ਲੋੜ ਹੁੰਦੀ ਹੈ ਉਹਨਾਂ ਦਾ ਕੋਈ ਦੀਨਮਾਨ ਨਹੀਂ ਅਕਾਲੀ ਦਲ ਹੈ ਕਾਂਗਰਸ ਹੈ ਕਹੀ ਹੈ ਐਸੀ ਕਰਕੇ ਉਹ ਕਦੀ ਉਹ ਕਾਂਗਰਸ ਸਟੇਜ 'ਤੇ ਚੜ੍ਹਨਗੇ ਕਦੀ ਅਕਾਲੀ ਦਲ ਹੀ ਕਰਨਗੇ ਹੁਣ ਕਿਉਂਕਿ ਕਾਂਗਰਸ ਦੀ ਸਰਕਾਰ ਹੈ ਔਰ ਅਕਾਲੀ ਦਲ ਦੇ ਨਾਲ ਉਹਦੀ ਸ਼ਮੂਲੀਅਤ ਉਹਦੀ ਐਸੋਸੀਏਸ਼ਨ ਦਾ ਪ੍ਰੂਫ ਸਾਹਮਣੇ ਆ ਸਾਡੇ ਉਹ ਇਸ ਕਰਕੇ ਇਸ਼ੂ ਇਹਨਾਂ ਭੱਗਿਆ ਔਰ ਅੱਜ ਹਾਊਸ ਦੇ ਵਿੱਚ CM ਸਾਹਿਬ ਨੂੰ ਖੜ੍ਹੇ ਹੋ ਕੇ ਇਹਦਾ ਇੰਸ਼ੋਰੈਂਸ ਦੇਣੀ ਪਈ ਹੈ ਕਿ ਅਸੀਂ ਇਹਦੇ ਮਾਮਲੇ ਦੇ ਤਹਿਤ ਪਹੁੰਚਾਂਗੇ ਔਰ ਅਗਰ ਕੋਈ ਬੰਦਾ ਇਹਦੇ ਵਿੱਚ ਸ਼ਾਮਿਲ ਹੈ ਤਾਂ ਉਹਦੇ ਖਿਲਾਫ਼ ਆਪਾਂ ਪੂਰਾ ਐਕਸ਼ਨ ਲਵਾਂਗੇ ਮੈਂ ਇਹਦੇ ਨਾਲ ਹੀ ਹੋਰ ਗੱਲ ਕਰਨਾ ਚਾਹੁੰਦਾ ਕਿ ਪਿਛਲੇ ਸੈਸ਼ਨ ਦੇ ਵਿੱਚ ਕਈ ਸੈਕਸ਼ਨ ਖਾਸ ਤੌਰ 'ਤੇ ਈਵਨ ਕਾਂਗਰਸੀਆਂ ਵੱਲੋਂ ਇਹ ਸੀ ਕਿ ਜੀ ਅਕਾਲੀ ਅਤੇ ਕਾਂਗਰਸ ਵੀ ਮਿਲੇ ਹੋਏ ਹੈ CM ਸਾਹਿਬ ਉਹ ਬਦਲਣ ਦੀ ਆਪਸ ਦੇ ਵਿੱਚ ਸਮਝੌਤਾ ਹੋਇਆ ਹੋਇਆ ਹੈ ਅੰਦਰ ਖਾਤੇ ਇਹ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਿਹਾ ਲੇਕਿਨ ਅੱਜ ਜੇਕਰ CM ਸਾਹਿਬ ਨੇ ਉੱਠ ਕੇ ਕਹਿਤਾ ਕਿ ਅਸੀਂ ਅਕਾਲੀਆਂ ਦੇ ਖਿਲਾਫ਼ ਐਕਸ਼ਨ ਲਵਾਂਗੇ ਤਾਂ ਮੇਰਾ ਖਿਆਲ ਹੈ ਕਿ ਇਹਦੇ 'ਚ ਸਾਰਿਆਂ ਨੂੰ ਵੈਲਕਮ ਕਰਨਾ ਚਾਹੀਦਾ ਵੈਲਕਮ ਕਰਨਾ ਚਾਹੀਦਾ ਗੁਰਮਿੰਦ ਮੰਗਟ ਹਾਂਜੀ ਚਲੋ ਪ੍ਰੋਫੈਸਰ ਸਾਹਿਬ ਕਹਿੰਦੇ ਵੈਲਕਮ ਕਰਨਾ ਚਾਹੀਦਾ ਵੈਲਕਮ ਕਰ ਦਈਏ ਆਫਕੋਰਸ ਜੀ ਹਾਂ ਦੇਖੋ ਠੀਕ ਹੈ ਮੇਰਾ ਸਵਾਲ ਵੀ ਲੈ ਲਓ ਨਾਲ ਵੈਲਕਮ ਤੁਹਾਡਾ ਲੈ ਲਿਆ ਅਸੀਂ ਮੇਰਾ ਸਵਾਲ ਵੀ ਲੈ ਲਓ ਨਾਲ ਹਾਂਜੀ ਸਵਾਲ ਇਹ ਹੈਗਾ ਜਿਨ੍ਹਾਂ ਦਾ ਨਾਮ ਆ ਰਿਹਾ ਤੁਹਾਡੇ ਕਾਂਗਰਸੀ ਕੌਂਸਲਰ ਦਾ ਉਹਨਾਂ ਦੇ ਮੁੰਡੇ ਦਾ ਨਾਮ ਆ ਰਿਹਾ ਉਹਨਾਂ ਦਾ ਨਾਮ ਉੱਥੇ ਜੋੜਿਆ ਜਾ ਰਿਹਾ ਕੀ STF ਦੇ ਕੋਲ ਉਹ ਆ ਗਏ ਦੇਖੋ ਟੂ ਬੀ ਵੈਰੀ ਓਨੈਸਟ ਇਸ ਮੈਂ ਜਿੱਦਾਂ ਕਿ ਪਹਿਲਾਂ ਕਿਹਾ ਵੀ STF ਦੀ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ ਇਹਦੇ ਵਿੱਚ ਸਰਕਾਰ ਇੰਟਰਫੇਅਰ ਨਹੀਂ ਕਰ ਰਹੀ ਉਹਨੂੰ ਇਨਵੈਸਟੀਗੇਸ਼ਨ ਹੋ ਲੈਣ ਦਿਓ ਇੱਕ ਮਿੰਟ ਸਵਾਲ ਤਾਂ ਲੈ ਲਓ ਮੰਗਰ ਸਾਹਿਬ ਇਦਾਂ ਨਾ ਕਰੋ ਹਾਂਜੀ ਜੇ ਤੁਹਾਡੀ ਪਾਰਟੀ ਦਾ ਕੋਈ ਬੰਦਾ ਇਹਦੇ ਵਿੱਚ ਇਨਵੋਲਵਮੈਂਟ ਹੈ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਫਟਾਫਟ ਉਹ ਪਾਰਟੀ ਜਿਹੜੇ ਵੀ ਲੀਡਰ ਦੇ ਉਹ ਨੇੜੇ ਹੈਗਾ ਉਹਨੂੰ ਕਹਿ ਕੇ ਉਸ ਬੰਦੇ ਨੂੰ ਜਲਦੀ ਜਲਦੀ ਜਾਂਚ ਏਜੰਸੀ ਕੋਲ ਪਹੁੰਚਾਇਆ ਜਾਣਾ ਚਾਹੀਦਾ ਬਿਲਕੁਲ ਜੀ ਤੁਹਾਡੀ ਜ਼ਿੰਮੇਵਾਰੀ ਬਣਦੀ ਕਿ ਨਹੀਂ ਬਿਲਕੁਲ ਬਣਦੀ ਹੈ ਉਹ ਬੰਦਾ ਪਾਸੇ ਕਿਉਂ ਫਿਰ ਹੁਣ ਤੱਕ ਦੇਖੋ ਜੀ ਮੈਂ ਤੁਹਾਨੂੰ ਉਹੀ ਕਹਿੰਦਾ ਜਾਂ ਬੰਦਾ ਉਹ ਫੜ ਲਿਆ ਜਾਂ ਪੇਸ਼ ਨਹੀਂ ਕੀਤਾ ਜਾ ਰਿਹਾ ਇਹ ਦਿਖਾਇਆ ਜਾ ਰਿਹਾ ਕੋਈ ਦੱਸੋ ਤੁਸੀਂ ਨਾ ਲੋਕ ਵੇਟ ਕਰਦੇ ਪਏ KP ਜੀ ਇਟ ਇਜ਼ ਅੰਡਰ ਇਨਵੈਸਟੀਗੇਸ਼ਨ ਟਰਸਟ ਮੀ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹਾਂ ਵੀ ਹਰਪ੍ਰੀਤ ਸਿੱਧੂ ਜੀ ਬੜੇ ਜੁਝਾਰੂ ਅਫਸਰ ਨੇ ਜੀ ਇਹ ਇਸ ਤੋਂ ਪਹਿਲਾਂ ਡੈਪੂਟੇਸ਼ਨ 'ਤੇ ਸੀਗੇ ਛੱਤੀਸਗੜ੍ਹ ਇਹਨਾਂ ਦੀ ਕਾਬਲੀਅਤ ਨੂੰ ਮੱਦੇਨਜ਼ਰ ਰੱਖ ਕੇ ਇਹਨਾਂ ਨੂੰ ਬੁਲਾ ਕੇ ਤਾਂ ਹੀ STF ਦਾ ਇਹਨਾਂ ਨੂੰ ਚਾਰਜ ਦਿੱਤਾ ਗਿਆ ਸੀਗਾ ਤੁਸੀਂ ਇੰਟੈਂਸ਼ਨ ਸਮਝੋ ਵਿੱਚ ਜੋ ਵੀ ਮਹਿਕਮੇ ਦੀ ਅੰਦਰ ਲਈ ਉਹ ਰਹੀ ਹੋਵੇ ਦੈਟਸ ਅ ਸੈਪਰੇਟ ਇਸ਼ੂ ਲੇਕਿਨ ਇੰਟੈਂਸ਼ਨ ਸਮਝੋ ਇਹਦੇ 'ਚ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਵੀ ਪੂਰੇ ਨੈਟਵਰਕ ਤੱਕ ਪਹੁੰਚੋਗੇ ਤੁਸੀਂ ਬਿਲਕੁਲ ਪਹੁੰਚਾਂਗੇ ਜੀ ਬਿਲਕੁਲ ਸ਼ੁਰੂ ਹੋਇਆ ਕਿਵੇਂ ਫੈਕਟਰੀ ਬਣੀ ਕਿਵੇਂ ਵੈਰੀਫਿਕੇਸ਼ਨ ਹੋ ਰਹੀ ਆ ਕਿਹੜਾ ਕਨੈਕਸ਼ਨ ਇਹਦੇ ਪਿੱਛੇ ਕੋਈ ਵਿਦੇਸ਼ੀ ਕਨੈਕਸ਼ਨ ਹੈਗਾ ਉਹ ਵੀ ਕੱਢੋ KP ਜੀ ਜਿਹੜਾ ਫੋਰਨ ਨੈਸ਼ਨਲ ਸੀ ਉਹ ਫੜ ਲਿਆ ਐਂਡ ਹੋਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਤੇ 4-5 ਪੰਜਾਬ ਓਰੀਜਨ ਦੇ ਬੰਦੇ ਨੇ ਨੇਪਾਲ ਦੇ ਵਿੱਚ ਠੀਕ ਹੈ ਲੰਡਨ ਦੇ ਵਿੱਚ ਜਿਨ੍ਹਾਂ ਦੇ ਲਈ ਲੁੱਕਆਊਟ ਨੋਟਿਸ ਜਾਰੀ ਕਰਵਾ ਚੁੱਕੀ ਹੈ ਸਰਕਾਰ ਨੋਟ ਓਨਲੀ ਪੰਜਾਬ ਪੁਲਿਸ ਬਟ ਦਿੱਲੀ ਪੁਲਿਸ ਆਲਸੋ ਜਿਹੜੇ ਡਰੱਗ ਟੈਰਫਿੰਗ ਦੇ ਵਿੱਚ ਜਿਹਨਾਂ ਦਾ ਬਹੁਤ ਵੱਡਾ ਹੈ ਇੱਕ ਬੰਦੇ ਦੇ ਤਾਂ ਕਿੰਨੇ ਲੱਖ ਪਾਉਂਡ ਦਾ ਬ੍ਰਿਟਿਸ਼ ਗਵਰਨਮੈਂਟ ਨੇ ਵੀ ਇਨਾਮ
इनू आपां कलैक्टिव फाइट लैके चलना है जिहदे विच कल्ली सरकार नहीं आम कलैक्टिव फाइट कदों तक पूरी होगी तुहाडी फिर देखो के पी जी मेरी गल सुनो मेरा गवांडी जे कोई गलत हरकत मतलब एक्टिविटी करता है ठीक है जी ते जे मैं उन्हों रिपोर्ट करूंगा लोकां दे मेरे को एक मिनट लोना नहीं नहीं लोकां दे पादो एक मिनट चलाओ केपी जी सरकार तुसी चला रहे हो लोकां दे वोटां पाईयां केपी जी पंजाब पुलिस ने मगरमच्छ पेश करो मांगड़ साहब केपी जी लोग वार-वार गल कहंदे पे मगरमच्छ कौन है तो केपी जी मगरमच्छ तक भी पहुंच रहे हैं असि पंजाब ए एसटीएफ अद इसे करके उन्हों स्पेशल पावर दित्ती गई जिहड़ी डायरेक्ट सीएम नूं रिपोर्ट करदी ताकि जे साडी पुलिस का या किसी सरकारी अदारे का या साड़ी सरकार च किसी भी बंदे दा विच कोई इन्वॉल्वमेंट है उन्हें बख्शा ना जाए चलो एक छोटा होर ब्रेक लवेंगे ब्रेक तो बाद असं आखिरी हिस्से में आवेंगे सवाल मगरमच्छ का है मैं तो सवाल ही पूछ सकता तो सवाल पूछ रहे असी सत्ता धिर नूं सवाल करने बंद है क्योंकि सत्ता धिर कह के चोणां जित्तियां सी इन्होंने कि असी सब कुछ कर देवांगे असी यह कर देंगे असी वह कर देंगे मैं पहला भी गल कही सी कर देवे वो सवाल तुहाडे सामने मैं रख रहा ब्रेक तो फिर वापस आ रहा सवाल एक पूछ रहे सवाल असं यह पूछ रहे हैं कि नशे नाल जुड़दे सियासी कनैक्शन की जांच विच वड्डे मगरमच्छ फसन के डट गर्ग कोर्ट विच भी बड़े केस गए होर कई उदाहरण है कि मैं साबका डी जी पी का जिक्र भी कर सकता है इस तों अलावा होर जिहड़े आम एक्टिविस्ट है उन्होंने भी गल्लां कीतियां है उस सब के बावजूद कदे सीबीआई इनकुआरी की मांग की जाती है कदे कहा जाता है कि ईडी है इस मामले च फसा लूगी वह कर लूगी वह कर लूगी डायरैक्टर का मामला बहुत बहुत कुछ तुहानूं सारा पता है गर्ग साहब कितने लोगों नूं यह सरकार जां इह पूरी सियासत आस जता सकती है कि असी नैक्सस फड़ांगे साडे जिहड़े जवानियां मरती पई है चिट्टे नाल उन्हां नूं असी बचावांगे नहीं बिल्कुल नहीं जचाएगी मैं दसदा क्यों इस रिपोर्ट कैच पॉलिटिक्स है दोहां पार्टियां दी किवें अज जिहड़े नशे दे सौदागर ने वह इन्हों चार तरह का बेनीफिट देंगे ने एक तो उन्होंने को गुंडे रखे हुए हैं बदमाश जो कोई शरीफ आदमी इन्हों के खिलाफ बोलता है इन्हों की करप्शन एक्सपोज करता है उन्होंने मरवा भी सकते हैं वो तो केस पवा सकते हैं वो तो आर टी आई चिट्ठिया पवा देंगे क्योंकि औखा काम नहीं है दूजा वो जो नशे नौजवान करते हैं उन्हें जमीन को एक सरकार से चाहती है भी जमीन छड़न जट सारे किसान सारे छड़न उन्हों की जमीन बिकेगी क्योंकि नशा खरीदना फिर वो नशे का पैसा इन्हों को आएगा वो पैसे ना ये वोटा होर जो जिन्हों भी खरीदना वो खरीदेंगे सो इस करके सारी पुलिस पुलिस का मतलब जिहड़ा ये सैक्शन ने जिहड़े इहदे विच इनवॉल्व ने यह इस गल दे जिहड़े पॉलिटिशियन अज क्योंकि पॉलिटिशियन अज लोगों के उत्ते निर्भर नहीं है पॉलिटिशियन परिवारों ते जां कुछ बंदियां ते निर्भर हो गया उहदा कोई कंसर्न नहीं भी पंजाब नाल की हो रहा है 33,000 बंदा ये कहिंदे असीं अंदर करिया 27,000 केस रजिस्टर करिया वह किन्ना च है जिहड़ा वह चाके पांडी लैके जा रहा जिहड़ा जिहड़ा किसी नूं गाहां भी आप नशा करदा चार नूं नाल वेच भी दित्ता कैरियर जिहड़ा ठीक है ये जिहड़े हैगे ने इन्हां ने कानून की हुण दूजा पासा की दिखाया असीं जी सारी जायदाद जब्त करांगे ये कोठी जब्त कर लैंदे फिर हुणी वी जब्त तां कर ली बाद च बाकी कागजी कारवाई बाद च करांगे ठीक है नहीं इन्नी जल्दी अटैच कर सकते नहीं नहीं जद मर्जी पावर जिहड़ा साडे कोल कानून है मैं कहना उसे कानून जी कर सकते ने कर सकते हैं हां इमीडिएटली अटैच कर सकते हैं हां हां बिल्कुल वी इन्नू अटैच करता बाद च आपदा ओजर करी जावे कि जी मेरा ओदे कोल मौका है ओदे कोल मौका है जिहदा भी अटैच करया जांदा ओदे कोल मैनूं एक थोड़ी होर चीज समझा दो डट करके एसटीएफ ए सारा खुलासा करदी है हां जिहड़ी उत्थे लोकल पुलिस आ पहलां तों काम करदी पई है कि उहनां ते भी कारवाई बनदी है देखो जित्थों तक सवाल है ते इन्वेस्टिगेशन दे विषय ने लोकल पुलिस की मिली भुगत तो बिना लुधियाने पुलिस के बंदे का कतल होया मुंडे का पुलिसिए आपके मुंडे का एक डॉक्टर के मुंडे का कतल होया नशे के क्योंकि वो दोनों एक्सपोज कर लग गए जिहड़ा नशे का लुधियाने पूरा गैंग है अज ए असी भी फड़े तुम देखे ही है पर यह गैंग कदा पंजाब पुलिस नहीं है ये गैंग दे विच जिहड़े नारकोटिक कंट्रोल ब्यूरो च लगे ने गवर्नमेंट ऑफ इंडिया दे बंदे वो भी विच शामिल ने इत्थे हाजी साजी मस्तान फड़िया गया सी उन्हूं सज़ा हुई है दूजा उहदी थां ते जिहड़ा लाया वो 7 लाख रुपया लैंदा फड़िया गया ठीक ठीक है सो इस करके इहदे विच नारकोटिक ब्यूरो इहदे च पुलिस वाले इहदे विच पॉलिटिशियन ये तो पक्का ही ने जिहड़ा एक गल मैं छोटी जी कहनी चाहांगा जिहड़ा वी लोकां दी जिम्मेवारी लोगों की लोगों ने आपका सिर फैलाना जब पुलिस ना रली हुई है इन्होंने कहा जी असी बड़ी प्रोग्राम लाता जी असी फलाना प्रोग्राम लाता जी उस ने लोगों ने इनवॉल्व कितने कर दस दिन भी लोगों इनवॉल्व कर करे इन्होंने आपके बंद इनवॉल्व कर कोई एक्स आर्मी मैन इनवॉल्व कर इन्होंने लोगों का इनवॉल्व ही नहीं कर जे लोग इनवॉल्व होंगे लोगों का हौसला बढ़ के लोगों का तो एक बड़ा व्डा एक चलिया काले चिट्टे अगेंस्ट तुम्हें पता ही है मूवमेंट उन्होंने फाद करता मीटिंग जी करके ठीक है मंगर साहब हाँ जी मैंने एक चीज़ थोड़ा तुम दस सकते हो बतौर कांग्रेसी आगू नहीं मैं बतौर तुम सिटीजन सवाल कर रहा कि तुम्हें लगता है कि जे एक इलाके फैक्ट्री चल रही है
जो सुल्तानवेंड इलाका है आकाश विहार का जिथे सारी फैक्ट्री चलती पी सी वह फैक्ट्री किंदी शहत चलती होगी चाहे मेरी पार्टी के खिलाफ हो या मेरी पार्टी के फेवर हो। देखो गर्ग साहब ने कहा भी इन्ने हजार केस करते हूँ स्टैप बाय स्टैप कितों आता हूँ एस टी एफ सुपना तो नहीं आ गया भी बई उ बन रही है जे कड़ी ना कड़ी कड़ी ना कड़ी कड़ी ना ਵੱਡਾ ਮਗਰਮੱਛ ਸੋਰਸ ਤੇ ਪਹੁੰਚ ਗਏ ਇੱਕ ਸੋਰਸ ਤੇ ਪਹੁੰਚ ਗਏ ਮੈਂ ਸਵਾਲ ਕੁਝ ਹੋਰ ਕੀਤਾ ਨਹੀਂ ਕੇਪੀ ਜੀ ਉਹੀ ਜਵਾਬ ਇਸੇ ਵਿੱਚ ਹੈ ਨਹੀਂ ਆ ਰਿਹਾ ਨਾ ਜਵਾਬ ਨਹੀਂ ਆ ਰਿਹਾ ਮੈਂ ਤਾਂ ਕਹਿ ਰਿਹਾ ਵੀ ਤੁਹਾਨੂੰ ਕੀ ਲੱਗਦਾ ਵੀ ਮੇਰੀ ਗੱਲ ਸੁਣੋ ਜੇ ਕੋਠੀ ਦੇ ਵਿੱਚ ਫੈਕਟਰੀ ਚੱਲ ਰਹੀ ਹੈ ਉਹ ਕਿੰਦੀ ਮਿਲੀ ਭੁਗਤਣਾ ਚੱਲ ਸਕਦੀ ਹੈ ਕੇਪੀ ਜੀ ਮੇਰੀ ਗੱਲ ਸੁਣੋ ਮੈਂ ਉਹੀ ਕਹਿਣਾ ਚਾਹ ਰਿਹਾ ਹਾਂ ਵੀ ਐਸ ਟੀ ਐਫ ਨੂੰ ਤਾਂ ਹੀ ਫ੍ਰੀ ਰਨ ਦੇ ਕੇ ਰੱਖਿਆ ਵੀ ਜਿੱਥੇ ਸਾਡੀ ਪੁਲਿਸ ਵੀ ਉਹਨਾਂ ਨੂੰ ਲੱਗਦੀ ਆ ਜਾਂ ਲੋਕਲ ਲੈਵਲ ਤੇ ਕੋਈ ਪੋਲੀਟੀਸ਼ੀਅਨ ਉਹਨਾਂ ਨੂੰ ਸੈਲਟਰ ਕਰ ਰਿਹਾ ਉਹਨੂੰ ਵੀ ਐਕਸਪੋਜ਼ ਕੀਤਾ ਜਾਵੇ ਕੜੀ ਨਾਲ ਆ ਹੁਣ ਬੜਾ ਮਗਰਮੱਛ ਫੜ ਹੀ ਲਿਆ ਨਾ ਜੀ ਫੈਕਟਰੀ ਇੱਕ ਫੜ ਲਈ ਹੈ ਠੀਕ ਹੈ ਇਦਾਂ ਦੀ ਅੱਗੇ ਲਿੰਕ ਵੱਧ ਰਹੇ ਆ ਠੀਕ ਹੈ ਕਲੀਅਰ ਸਰ ਤੁਸੀਂ ਦੱਸ ਸਕਦੇ ਹੋ ਕਿ ਕਿੰਦੇ ਲਿੰਕ ਨਾਲ ਇਹ ਚੀਜ਼ਾਂ ਕਿੰਦੀ ਸ਼ਹਿਰ ਨਾਲ ਇਹ ਚੀਜ਼ਾਂ ਚੱਲ ਸਕਦੀਆਂ ਕੇ ਪੀ ਜੀ ਅਗਰ ਐਡਾ ਵੱਡਾ ਉੱਥੇ ਕੋਈ ਡਰੱਗ ਦਾ ਕਾਰੋਬਾਰ ਚੱਲ ਰਿਹਾ ਸੀ ਤਾਂ ਮੈਂ ਨਹੀਂ ਮੰਨਦਾ ਕਿ ਪੁਲਿਸ ਨੂੰ ਜਿਹੜਾ ਉੱਥੇ ਪ੍ਰਸ਼ਾਸਨ ਸੀ ਲੋਕਲ ਉਹਦੀ ਮੁੱਲੇ ਭੁਗਤ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ ਔਰ ਕਿਤੇ ਨਾ ਕਿਤੇ ਕਾਲੀਆਂ ਭੇਡਾਂ ਫਿਰ ਸਾਰੀਆਂ ਫੀਲਡ ਦੇ ਵਿੱਚ ਹੈਗੀਆਂ ਜਿਵੇਂ ਕੱਲ੍ਹ ਲੁਧਿਆਣੇ ਵੀ ਇੱਕ ਪੁਲਿਸ ਵਾਲਾ ਇੰਸਪੈਕਟਰ ਸਬ ਇੰਸਪੈਕਟਰ ਫੜਿਆ ਗਿਆ ਅੰਮ੍ਰਿਤਸਰ ਦਾ ਜਿਹੜਾ ਇਲਾਕਾ ਹੈ ਨਾ ਅੰਮ੍ਰਿਤਸਰ ਦੇ ਵਿੱਚੋਂ ਬਹੁਤ ਲੀਡਰ ਆਉਂਦੇ ਆ ਬਹੁਤ ਵੱਡੇ ਵੱਡੇ ਲੀਡਰ ਆ ਅੰਮ੍ਰਿਤਸਰ ਦੇ ਵਿੱਚ ਵੱਡੇ ਵੱਡੇ ਲੀਡਰ ਆ ਅਤੇ ਉਹਨਾਂ ਲੀਡਰਾਂ ਦੇ ਨਾਲ ਬਹੁਤ ਸਾਰਿਆਂ ਦੇ ਰਿਸ਼ਤੇ ਹੈਗੇ ਆ ਉਹ ਰਿਸ਼ਤਿਆਂ ਦੇ ਵਿਚਾਲੇ ਤੁਹਾਨੂੰ ਕੋਈ ਸਵਾਲ ਤਾਂ ਨਹੀਂ ਹੈਗਾ ਕਿਸੇ ਤੋਂ ਵੀ ਕੇਪੀ ਜੀ ਰਾਜਨੀਤਿਕ ਤੌਰ ਤੇ ਕਿਸੇ ਨੂੰ ਜਾਣਨਾ ਜਾਂ ਕਿਸੇ ਕੋਲ ਆਉਣਾ ਜਾਣਾ ਇਹ ਇੱਕ ਡਿਫਰੈਂਟ ਇਸ਼ੂ ਹੈ ਇਨਵੋਲਵਮੈਂਟ ਹੈ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਮੈਂ ਤਾਂ ਇਹ ਗੱਲ ਕਹਿਣਾ ਕਿ ਅਗਰ ਤੁਹਾਡੀਆਂ ਫੋਟੋ ਅਗਰ ਇਨਵੈਸਟੀਗੇਸ਼ਨ ਹੈਗੀ ਹੈ ਜਿਹੜੀਆਂ ਫੋਟੋ ਤੁਸੀਂ ਰਿਲੀਜ਼ ਕੀਤੀਆਂ ਨਾ ਉਹ ਦਰਕਨਾਰ ਕਰਕੇ ਦੇਖੀਏ ਫਿਰ ਮੈਂ ਕੇਪੀ ਜੀ ਫਿਰ ਦੁਬਾਰਾ ਇਹ ਗੱਲ ਕਹਿ ਰਿਹਾ ਕਿ ਅਗਰ ਤੁਸੀਂ ਇਹਦੇ ਵਿੱਚ ਕਿਸੇ ਦੀ ਇਨਵੋਲਵਮੈਂਟ ਹੈਗੀ ਹੈ ਤਾਂ ਅੱਜ ਐਸਟੀਐਫ ਕੀ ਕਰ ਰਹੀ ਹੈ ਐਸਟੀਐਫ ਦੱਸੇ ਕਿਹਦੀ ਇਨਵੋਲਵਮੈਂਟ ਹੈ ਇਨਵੋਲਵਮੈਂਟ ਹੈ ਜਿਹੜੇ ਬੰਦੇ ਦੀ ਹੈਗੀ ਉਹਨੂੰ ਫੜ ਕੇ ਅੰਦਰ ਦਿਓ ਮੈਂ ਤਾਂ ਮੇਰਾ ਜਦ ਦੀ ਡਿਬੇਟ ਸ਼ੁਰੂ ਹੋਈ ਹੈ ਮੇਰਾ ਇੱਕੋ ਪਲੈਂਕ ਤੇ ਮੈਂ ਖੜਾ ਕਿ ਸਿਵਾਏ ਇਲਜ਼ਾਮ ਨਾਲ ਨਾਲੋ ਅਗਰ ਪੁਲਿਸ ਤੁਹਾਡੀ ਹੈ ਕਾਂਗਰਸ ਦੀ ਸਰਕਾਰ ਹੈ ਅਗਰ ਕਿਸੇ ਦੀ ਇਨਵੋਲਵਮੈਂਟ ਹੈਗੀ ਫੜ ਕੇ ਅੰਦਰ ਦਿਓ ਕਲੀਅਰ ਸਰ ਮੈਂ ਬਤੌਰ ਸਿਟੀਜ਼ਨ ਤੁਹਾਨੂੰ ਸਵਾਲ ਕੀਤਾ ਸੀ ਉਹਨਾਂ ਬਤੌਰ ਵਕੀਲ ਤੁਹਾਨੂੰ ਇੱਕ ਸਵਾਲ ਕਰ ਰਿਹਾ ਜਦੋਂ ਇਹ ਫੋਟੋਆਂ ਰਿਲੀਜ਼ ਹੁੰਦੀਆਂ ਕਿਹੜੇ ਬੰਦੇ ਨਾਲ ਕੌਣ ਖੜਾ ਹੈਗਾ ਉਹ ਫੋਟੋਆਂ ਜਾਂਚ ਦਾ ਵਿਸ਼ਾ ਬਣਦੀਆਂ ਜਾਂਚ ਦੇ ਵਿੱਚ ਸਹਾਈ ਹੁੰਦੀਆਂ ਜਦੋਂ ਕੋਰਟ ਵਿੱਚ ਕੇਸ ਜਾਂਦਾ ਉਦੋਂ ਐਸਟੈਬਲਿਸ਼ਮੈਂਟ ਹੁੰਦੀ ਹੈ ਇਹਨਾਂ ਚੀਜ਼ਾਂ ਦੀ ਐਸਟੈਬਲਿਸ਼ ਕੀਤਾ ਜਾ ਸਕਦਾ ਇਹਨਾਂ ਨਾਲ ਕੇਪੀ ਜੀ ਜਿਹੜਾ ਫੋਟੋ ਹੈ ਇਹ ਇੱਕ ਚੀਜ਼ ਨੂੰ ਜਾਂਚ ਸਟਾਰਟ ਤਾਂ ਕਰਾ ਸਕਦੀ ਹੈ ਪਰ ਇਹਨੂੰ ਤੁਸੀਂ ਕਹੋ ਕਿ ਕੋਰਟ ਇਹਨੂੰ ਮੰਨ ਲੈ ਕਿ ਤੇਰੇ ਫਲਾਣੇ ਦੀ ਫਲਾਣੇ ਨਾਲ ਫੋਟੋ ਹੈ ਤਾਂ ਇਹ ਜਾਂਚ ਦੇ ਵਿਸ਼ੇ ਨੇ ਫੋਟੋ ਇੱਕ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰ ਸਕਦੀ ਹੈ ਕਨਕਲੂਸਿਵ ਐਵੀਡੈਂਸ ਫੋਟੋ ਮੈਂ ਵੈਲਕਮ ਕਰਦਾ ਸਰ ਮੈਂ ਵੈਲਕਮ ਕਰਦਾ ਤੁਹਾਡੇ ਬਿਆਨ ਦਾ ਹਾਂ ਗਰ ਸਾਹਿਬ ਇੱਕੋ ਲਾਈਨ ਚ ਕਹਿਣਾ ਸੀ ਫੋਟੋਆਂ ਕਿਤੇ ਵੀ ਕਿਸੇ ਦੀਆਂ ਹੋ ਸਕਦੀਆਂ ਨੇ ਫੋਟੋਆਂ ਡੀਡ ਜ਼ਰੂਰ ਹੋ ਸਕਦੀਆਂ ਨੇ ਫੋਟੋ ਤਾਂ ਉਹ ਸੋਸ਼ਲ ਫੰਕਸ਼ਨ 'ਚ ਉਹ ਖਰਚਾ ਲੈਂਦੇ ਨੇ ਚਲੋ ਜੀ ਮੇਰੇ ਨਾਲ ਸੈਲਫੀ ਲੈ ਲਓ ਬੰਦੇ ਨੂੰ ਕੀ ਮੱਥੇ 'ਚ ਲਿਖਿਆ 20 ਵਾਰੀ ਉਸ ਜਨਾਂ ਕਹਿੰਦੇ ਜੀ ਸਾਡੇ ਨਾਲ ਸੈਲਫੀ ਲੈ ਲਓ ਆਪਾਂ ਨੂੰ ਕੀ ਪਤਾ ਬੰਦਾ ਕਿਹਾ ਜਾ ਸੋ ਇਹ ਨਹੀਂ ਹੈ ਫੋਟੋਆਂ ਡੀਡ ਜ਼ਰੂਰ ਦੇ ਸਕਦੀਆਂ ਨੇ ਉਹਨੂੰ ਪੁੱਛ ਕੇ ਨਾ ਫੋਟੋਆਂ ਕੋਈ ਕਨਕਲੂਸਿਵ ਐਵੀਡੈਂਸ ਹੈ ਨਾ ਫੋਟੋਆਂ ਜਿਹੜੀਆਂ ਨੇ ਉਹ ਐਵੀਡੈਂਸ ਦੇ ਤੌਰ 'ਤੇ ਮੰਨੀਆਂ ਜਾ ਸਕਦੀਆਂ ਨੇ ਸਿਰਫ ਇਹ ਹੈ ਵੀ ਇਨਵੈਸਟੀਗੇਸ਼ਨ 'ਚ ਹੈਲਪ ਹੁੰਦੀ ਹੈ ਵਿੱਚ ਇਹਨਾਂ ਬੰਦਿਆਂ ਕੋਲ ਤੁਸੀਂ ਗਏ ਕਦ ਗਏ ਕਿਵੇਂ ਗਏ ਕਿਵੇਂ ਤੁਹਾਡੇ ਨਾਲ ਲਿੰਕ ਹੈ ਤੁਸੀਂ ਇਹਨੂੰ ਕਿਵੇਂ ਜਾਣਦੇ ਹੋ ਉਹਨੂੰ ਬੁਲਾ ਕੇ ਪੁੱਛਣਾ ਭਾਈ ਤੇਰੇ ਨਾਲ ਕਿਵੇਂ ਲਿੰਕ ਹੈ ਇਹਦਾ ਇਹ ਗੱਲਾਂ 'ਚ ਹੈਲਪ ਕਰਨਗੀਆਂ ਅਦਰਵਾਈਜ਼ ਤਾਂ ਹੀ ਮੈਂ ਕਹਿਣਾ ਇਹ ਫੋਟੋ ਦਿਖਾਉਣ ਦੀ ਸਿਆਸਤ ਹੈ ਫੋਟੋਆਂ ਦਿਖਾਉਣ ਦੀ ਸਿਆਸਤ ਹੈ ਰਾਸ਼ਾ ਸਰ ਮੈਂ ਥੋੜ੍ਹਾ ਜਿਹਾ ਹੋਰ ਤੁਸੀਂ ਜਵਾਬ ਤੁਸੀਂ ਬੜੇ ਤਜਰਬੇਕਾਰ ਪੱਤਰਕਾਰ ਹੋ ਇਹ ਫੋਟੋਆਂ ਜਿਹੜੇ ਬੰਦੇ ਨਾਲ ਵੀ ਹੈਗੀਆਂ ਫੋਟੋ ਤਾਂ ਚਲੋ ਕਿਸੇ ਨਾਲ ਵੀ ਕਰਾ ਸਕਦੇ ਆ ਕਿਉਂਕਿ ਇਹ ਲੀਡਰ ਵੱਡੇ ਬੰਦੇ ਆ ਕੋਈ ਫਿਲਮ ਸਟਾਰ ਆ ਜਾਂ ਕੋਈ ਤੁਹਾਡੇ ਵਰਗਾ ਬੰਦਾ ਤੁਹਾਡੇ ਨਾਲ ਵੀ ਲੋਕ ਬੋਰਡ ਬੜੀਆਂ ਫੋਟੋ ਖਿਚਾਉਂਦੇ ਹੋਣਗੇ ਸਵਾਲ ਇਹ ਹੈ ਕਿ ਫੋਟੋਆਂ ਦਿਖਾਉਣ ਤੋਂ ਬਾਅਦ ਕੀ ਇਹਨਾਂ ਦੀ ਕੋਈ ਕਾਲ ਰਿਕਾਰਡ ਕਢਾਈ ਜਾ ਸਕਦੀ ਹੈ ਵੀ ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੁੰਦੀ ਸੀ ਆਪਸ ਵਿੱਚ ਕੋਈ ਪੈਸੇ ਦਾ ਲੈਣ ਦੇਣ ਤਾਂ ਨਹੀਂ ਹੋਇਆ ਕੋਈ ਡਰੱਗ ਮਨੀ ਇਨਵੋਲਵ ਤਾਂ ਨਹੀਂ ਹੈ ਕਿ ਕੋਈ ਇਲੈਕਸ਼ਨ ਵਿੱਚ ਪੈਸੇ ਤਾਂ ਨਹੀਂ ਲੱਗੇ ਇਹ ਸਾਰੇ ਚੀਜ਼ਾਂ ਜਾਂਚ ਦਾ ਵਿਸ਼ਾ ਬਣਦੀਆਂ ਮੈਂ ਸਮਝਦਾ ਕਿ ਬਿਲਕੁਲ ਬਣਦੀਆਂ ਜੀ ਅੱਜ ਕੱਲ੍ਹ ਤਾਂ ਹਾਲਤ ਇਹ ਹੈ ਕਿ ਫੋਟੋ ਜਿਹੜੀ ਹੈ ਫੋਟੋਗ੍ਰਾਫੀ ਐਵੀਡੈਂਸ ਇਜ਼ ਅ ਫਿਜ਼ੀਕਲ ਐਵੀਡੈਂਸ ਕਿ ਇਹ ਦੋਨੋਂ ਇੱਕ ਦੋਨੋਂ ਹੋਰ ਨਹੀਂ ਤਾਂ ਕਮ ਸੇ ਕਮ ਜਾਣਦੇ ਜ਼ਰੂਰ ਹੈ ਉੱਥੇ ਸਟਾਰਟਿੰਗ ਸ਼ੁਰੂ ਹੋ ਸਕਦੀ ਅੱਜ ਕੱਲ੍ਹ ਤਾਂ ਹਾਲਤ ਇਹ ਹੁੰਦੀ ਹੈ ਕਿ ਜਿਸ ਵੇਲੇ ਕੋਈ ਕੇਸ ਬਣਦਾ ਹੈ ਜਿਹੜਾ ਐਕਿਊਜ਼ਡ ਹੈ ਉਹਦੀ ਕਾਲ ਡਿਟੇਲ ਉਹਦਾ ਟੈਲੀਫੋਨ ਉਹਦਾ ਜਿਹੜਾ ਮੋਬਾਈਲ ਸਾਰਾ ਸਾਰਾ ਜਿਹੜਾ ਹੈ ਉਹ ਕਢਾ ਕੇ ਉਹ ਕੀਤਾ ਜਾਂਦਾ ਫਿਰ ਉਹਨੂੰ ਇਹ ਪੁੱਛਿਆ ਜਾਂਦਾ ਕਿ ਤੇਰੇ ਫਲਾਣੇ ਨਾਲ ਗੱਲ ਹੋਈ ਹੈ ਕੀ ਗੱਲ ਹੋਈ ਹੈ ਇੰਨੀ ਵਾਰ ਹੋਈ ਹੈ ਇਹ ਮੈਂ ਸਮਝਦਾ ਕਿ ਅੱਜ ਕੱਲ੍ਹ ਜਿਹੜੀ ਮਾਡਰਨ ਏਜ ਹੈ ਇਹਦੇ ਵਿੱਚ ਇਹੋ ਜਿਹੀ ਜਿਹੜੀ ਐਵੀਡੈਂਸ ਹੈ ਇਲੈਕਟ੍ਰੋਨਿਕ ਐਵੀਡੈਂਸ ਜਿਹੜੀ ਹੈ ਔਰ ਫੋਟੋਗ੍ਰਾਫੀ ਐਵੀਡੈਂਸ ਦਾ ਬੜਾ ਮਹੱਤਵ ਰੱਖਦੀ ਹੈ ਇਹ ਫੋਟੋ ਪੋਲਿਟਿਕਸ ਫਲੌਪ ਸ਼ੋਅ ਤਾਂ ਨਹੀਂ ਹੋ ਜਾਊਗਾ ਹਾਂ ਇਹ ਫੋਟੋ ਪੋਲਿਟਿਕਸ ਫਲੌਪ ਸ਼ੋਅ ਤਾਂ ਨਹੀਂ ਹੋ ਜਾਊਗਾ ਨਹੀਂ ਫੋਟੋ ਪੋਲਿਟਿਕਸ ਤਾਂ ਹੁਣ ਦੇਖੋ ਇਹ ਤਾਂ ਹੁਣ ਸਮਝ ਦੱਸੂਗਾ ਕਿ ਕੀ ਬਣੇਗਾ ਲੇਕਿਨ ਇਹ ਸਟਾਰਟਿੰਗ ਪੁਆਇੰਟ ਜ਼ਰੂਰ ਹੈ ਇਹਦੀ ਤਹਿ ਤੱਕ ਜਾਣ ਦੀ
ਇਹ ਸਿਰਫ ਫੋਟੋ ਪੋਲਿਟਿਕਸ ਲੱਗਦੀ ਪਈ ਹੈ। ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਹੋਏਗੀ ਕੀ ਨਿਕਲੇਗਾ, ਸਵਾਲ ਮੇਰਾ ਉਹੀ ਬਰਕਰਾਰ ਹੈਗਾ, ਜਦੋਂ ਵੱਡੇ ਮਗਰਮੱਛ ਸਾਹਮਣੇ ਆ ਜਾਣਗੇ ਅਸੀਂ ਮੰਨ ਲਵਾਂਗੇ ਕਿ ਸਿਆਸਤ ਹੈ, ਜਾਂਚ ਏਜੰਸੀਆਂ ਜਿਹੜੀਆਂ ਉਹ ਆਪਦੀ ਇਮਾਨਦਾਰੀ ਨਾਲ ਕੰਮ ਕਰਦੀਆਂ ਪਈਆਂ, ਜੋ ਤੱਕ ਸਿਰਫ ਫੋਟੋਆਂ ਲਹਿਰਾਈਆਂ ਜਾਣਗੀਆਂ, ਦੱਸਿਆ ਕੁਝ ਨਹੀਂ ਜਾਵੇਗਾ, ਉਹ ਤੱਕ ਸਾਨੂੰ ਇਹ ਸਿਰਫ ਫੋਟੋਆਂ ਹੀ ਨਜ਼ਰ ਆਉਂਦੀਆਂ, ਫੋਟੋਆਂ ਦੇ ਪਿੱਛੇ ਕੀ ਹੈਗਾ ਉਹ ਸਾਨੂੰ ਨਜ਼ਰ ਨਹੀਂ ਆ ਰਿਹਾ। ਜੋ ਨਜ਼ਰ ਆ ਜਾਏਗਾ ਫਿਰ ਮੈਂ ਤੁਹਾਡੇ ਕੋਲ ਆ ਜਾਊਂਗਾ। ਬਹੁਤ ਧੰਨਵਾਦ।